ਸਵਾਗਤ ਦੇਸ਼ ਵਿਦੇਸ਼ ਵਿੱਚ ਬੇਟੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਉਹਨਾਂ ਦੇ ਆਪਣੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਮੈਂ ਮੇਗਾ ਤੇ ਮੈਂ ਹਾਂ ਅਨਮੋਲ ਅਨਮੋਲ ਹੋਣਾ ਸੀ ਇਹ ਸਾਰੇ ਇਹ ਗੱਲ ਸਮਝ ਚੁੱਕੇ ਆ ਕਿ ਬਾਕੀ ਦੇ ਕੰਮ ਬਾਅਦ ਚ ਪਹਿਲਾ ਸਿਹਤ ਜ਼ਰੂਰੀ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਯਾਨੀ ਕਿ 2020 ਦੇ ਵਿੱਚ ਅਸੀਂ ਉਹ ਦੌਰ ਦੇਖਿਆ ਜਦੋਂ ਕੋਵਿਡ-19 ਮਹਾਮਾਰੀ ਨੇ ਸਾਨੂੰ ਸਭ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਅਸੀਂ ਲਾਕਡਾਊਨ ਦਾ ਸਮਾਂ ਵੀ ਦੇਖਿਆ ਬਿਲਕੁਲ ਸਾਰੇ ਕੰਮਕਾਰ ਬੰਦ ਹੋ ਗਏ ਲੋਕਾਂ ਨੂੰ ਮਜਬੂਰੀ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਰਹਿਣਾ ਪਿਆ ਔਰ ਇਵਨ ਮਾਹੌਲ ਇਦਾਂ ਦਾ ਹੋ ਗਿਆ ਕਿ ਆਪਣੇ ਦੋਸਤਾਂ ਰਿਸ਼ਤੇਦਾਰਾਂ ਕੋਲ ਜਾਣ ਦੇ ਕੋਲ ਵੀ ਡਰ ਲੱਗਦਾ ਸੀ ਬਿਲਕੁਲ ਠੀਕ ਗੱਲ ਹੈ ਅਸੀਂ ਲਾਕਡਾਊਨ ਦਾ ਦੌਰ ਦੇਖਿਆ ਜਦੋਂ ਅਸੀਂ ਆਪਣੀ ਸੇਫਟੀ ਲਈ ਆਪਣੇ ਘਰਾਂ ਦੇ ਵਿੱਚ ਬੈਠੇ ਆਪਣਿਆਂ ਦੀ ਸੇਫਟੀ ਲਈ ਘਰਾਂ ਦੇ ਵਿੱਚ ਬੈਠੇ ਉਸ ਤੋਂ ਬਾਅਦ ਦੌਰ ਸ਼ੁਰੂ ਹੋਇਆ ਅਨਲੌਕਿੰਗ ਦਾ ਤੇ ਹੌਲੀ 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 ਹੁਣ ਜ਼ਿੰਦਗੀ ਦੀ ਜਿਹੜੀ ਰਫ਼ਤਾਰ ਹੈ ਉਹ ਪੱਟੀ ਤੇ ਆ ਰਹੀ ਹੈ ਲੇਕਿਨ ਦੇਖਣਯੋਗ ਗੱਲ ਹੈ ਕਿ 2020 ਜਿਹੜਾ ਆ ਉਹ ਸਾਡੇ ਲਈ ਮਹਾਮਾਰੀ ਲੈ ਕੇ ਆਇਆ ਸੀ ਲੇਕਿਨ 2021 ਦੀ ਜਿਹੜੀ ਸ਼ੁਰੂਆਤ ਹੋਈ ਹੈ ਉਹ ਬਹੁਤ ਵੱਡੀ ਉਪਲਬਧੀ ਨਾਲ ਹੋਈ ਹੈ ਯਾਨੀ ਕਿ ਇਸ ਮਹਾਮਾਰੀ ਦੀ ਵੈਕਸੀਨੇਸ਼ਨ ਦੇ ਨਾਲ ਹੋਈ ਹੈ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਅਨਮੋਲ ਕਿਉਂਕਿ ਜਦੋਂ ਵੀ ਅਸੀਂ ਕਿਸੇ ਬੈਠਦੇ ਸੀ ਇੱਕ ਦੂਸਰੇ ਨਾਲ ਗੱਲ ਕਰਦੇ ਸੀ ਤੇ ਹਰ ਇੱਕ ਦੇ ਮੂੰਹ ਦੇ ਵਿੱਚ ਇੱਕੋ ਹੀ ਗੱਲ ਸੀ ਹਰ ਇੱਕ ਦੇ ਮਨ ਦੇ ਵਿੱਚ ਇੱਕੋ ਹੀ ਗੱਲ ਸੀ ਕਿ ਕਦੋਂ ਇਸ ਕੋਵਿਡ 19 ਮਹਾਮਾਰੀ ਤੋਂ ਸਾਨੂੰ ਛੁਟਕਾਰਾ ਮਿਲੇਗਾ ਤੇ ਕਦੋਂ ਆਏਗੀ ਕੋਵਿਡ 19 ਦੀ ਵੈਕਸੀਨ ਤੇ ਬੜੀ ਦੇਰ ਤੋਂ ਇਹ ਚਰਚਾ ਜਿਹੜੀ ਹੋ ਰਹੀ ਸੀ ਤੇ ਉਹ ਦਿਨ ਵੀ ਹੁਣ ਬਹੁਤ ਜਲਦੀ ਆਉਣ ਵਾਲਾ ਹੈ ਯਾਨੀ ਕਿ 16 ਜਨਵਰੀ ਨੂੰ ਸਾਰੇ ਜਾਣਦੇ ਆ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਵੇਰੇ 11 ਵਜੇ ਪੂਰੇ ਦੇਸ਼ ਦੇ ਵਿੱਚ ਕਰੋਨਾ ਵੈਕਸੀਨ ਦਾ ਆਗਾਜ਼ ਕਰਨਗੇ ਤੇ ਇਹਦੇ ਲਈ ਪੂਰਾ ਦੇਸ਼ ਸਾਡੀ ਪੂਰੀ ਜਨਤਾ ਵਧਾਈ ਦੀ ਪਾਤਰ ਹੈ। ਬਿਲਕੁਲ ਸਾਰੇ ਉਚੇਚੇ ਤੌਰ ਦੇ ਉੱਤੇ ਉਹ ਲੋਕ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਸ ਮੁਸ਼ਕਲ ਸਮੇਂ ਦੇ ਵਿੱਚ ਆਪਣੀ ਜਾਨ ਦੀ ਬਾਜ਼ੀ ਦੀ ਪਰਵਾਹ ਨਾ ਕਰਦਿਆ ਹੋਇਆ ਲੋਕਾਂ ਦੀ ਸੇਵਾ ਦੇ ਵਿੱਚ ਆਪਣਾ ਜਿਹੜਾ ਧਿਆਨ ਹੈ ਵਾਰਿਆ ਬਿਲਕੁਲ ਜੀ ਕਰੋਨਾ ਵਾਰੀਅਰ ਸਾਡੇ ਉਹ ਵੀ ਵਧਾਈ ਦੇ ਪਾਤਰ ਨੇ ਕਿਉਂਕਿ ਉਹਨਾਂ ਦੀ ਸੇਵਾ ਸਦਕਾ ਹੀ ਅਸੀਂ ਕਰੋਨਾ ਮਹਾਮਾਰੀ ਦਾ ਡਟ ਕੇ ਸਾਹਮਣਾ ਕੀਤਾ ਤੇ ਹੁਣ ਖੁਸ਼ਖਬਰੀ ਸਾਡੇ ਸਾਹਮਣੇ ਹੈ ਯਾਨੀ ਕਿ ਕਰੋਨਾ ਵੈਕਸੀਨ ਜਿਹੜੀ ਹੈ ਉਹ 16 ਜਨਵਰੀ ਨੂੰ ਸਾਡੇ ਸਾਹਮਣੇ ਆ ਰਹੀ ਹੈ ਅਸੀਂ ਸਾਰੇ ਉਸ ਤੋਂ ਆਪਣਾ ਬਚਾਅ ਕਰ ਸਕਾਂਗੇ ਔਰ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਉਚੇਤੇ ਚੌਰ ਤੇ ਮਾਹਿਰ ਮਹਿਮਾਨ ਜਿਹੜੇ ਨੇ ਉਹ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਡਾਕਟਰ ਰੁਕੇਸ਼ ਕੁਮਾਰ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਟੂਡੀਓ ਦੇ ਵਿੱਚ ਜ਼ਿਲ੍ਹਾ ਟਿਕਾ ਕਰਨ ਅਫਸਰ ਦੇ ਬਤੌਰ ਦੇ ਵਿੱਚ ਇਹ ਸੇਵਾਵਾਂ ਨਿਭਾ ਰਹੇ ਨੇ ਜੀ ਬਹੁਤ-ਬਹੁਤ ਤੁਹਾਡਾ ਸਟੂਡੀਓ ਦੇ ਵਿੱਚ ਨਮਸਕਾਰ ਸਵਾਗਤ ਹੈ ਜਿਸ ਸਮੇਂ ਗੱਲ ਕਰ ਰਹੀ ਸੀ ਕਿ ਸਾਡੇ ਸਭ ਦੇ ਮਨ ਦੇ ਵਿੱਚ ਇੱਕ ਕੋਈ ਗੱਲ ਸੀ ਕਿ ਕਦੋਂ ਆਏਗੀ ਕਰੋਨਾ ਵੈਕਸੀਨ ਹੈ ਨਾ ਬੜੀ ਦੇਰ ਤੋਂ ਇੰਤਜ਼ਾਰ ਸੀ ਕਿਉਂਕਿ ਅਸੀਂ ਕਿੱਦਾਂ ਦਾ ਦੌਰ 2020 ਦੇ ਵਿੱਚ ਦੇਖਿਆ ਜਿਹਦੇ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਇੱਕ ਐਦਾ ਦਾ ਦੌਰ ਜਦੋਂ ਸਾਨੂੰ ਆਪਣੇ ਬਚਾ ਲਈ ਘਰ ਦੇ ਵਿੱਚ ਬੈਠਣਾ ਪੈਣਾ ਹੈ ਨਾ ਤੇ ਹੁਣ ਉਹ ਸਮਾਂ ਆਨ ਵਾਲਾ ਯਾਨੀ ਕਿ 16 ਜਨਵਰੀ ਨੂੰ ਕੋਰੋਨਾ ਵੈਕਸੀਨ ਜਿਹੜੀ ਹੈ ਉਹ ਸਾਡੇ ਤੱਕ ਪਹੁੰਚ ਜਾਏਗੀ ਪਰ ਕੋਰੋਨਾ ਵੈਕਸੀਨ ਨੂੰ ਲੈ ਕੇ ਵੀ ਸਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਤੇ ਇੱਕ ਸਵਾਲ ਤਾਂ ਸਭ ਤੋਂ ਪਹਿਲੇ ਇਹੀ ਹੈ ਕਿ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਥੋੜੀ ਜੀ ਜਲਦਬਾਜ਼ੀ ਤਾਂ ਨਹੀਂ ਇਹਦੇ ਵਿੱਚ? ਅ ਨਹੀਂ ਬਿਲਕੁਲ ਕੋਈ ਜਲਦਬਾਜ਼ੀ ਨਹੀਂ ਹੈ। ਕਰੋਨਾ ਇੱਕ ਬਿਮਾਰੀ ਐ ਦਾਂ ਦੀ ਸੀ ਕਿ ਜਿਹੜੀ ਇੱਕ ਚਾਈਨਾ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋ ਕੇ ਸਾਰੀ ਦੁਨੀਆ 'ਚ ਫੈਲ ਗਈ। ਜਿਸ ਨੇ ਕਿ ਕਰੋੜਾਂ ਲੋਕਾਂ ਨੂੰ ਆਪਣੀ ਚਪੇਟ 'ਚ ਲੈ ਲਿਆ। ਤੇ ਸਾਡੇ ਕੋਲ ਜਦੋਂ ਵੀ ਕੋਈ ਵੈਕਸੀਨ ਬਣਦੀ ਆ ਉਹਨੂੰ ਕਾਫੀ ਸਾਲ, ਕਈ ਵਾਰੀ 4-5 ਸਾਲ ਜਾਂ ਤੋਂ ਵੀ ਜ਼ਿਆਦਾ ਸਮਾਂ ਲੱਗ ਜਾਂਦਾ ਹੈ। ਪਰ ਐਮਰਜੈਂਸੀ ਸਿਚੁਏਸ਼ਨ ਜਦੋਂ ਆ ਜਾਂਦੀ ਆ ਕਿ ਸਾਰੇ ਵਰਲਡ ਦੇ ਵਿੱਚ ਦੁਨੀਆ 'ਚ ਇੱਕ ਮਹਾਮਾਰੀ ਫੈਲੀ ਹੋਈ ਹੈ। ਜਿਸ ਮਹਾਮਾਰੀ ਨੂੰ ਰੋਕਣ ਲਈ ਫੇ ਜਿੰਨੀਆਂ ਵੀ ਸਾਡੀਆਂ ਵਰਲਡ ਆਰਗੇਨਾਈਜੇਸ਼ਨਸ ਹੁੰਦੀਆਂ ਉਹਨਾਂ ਨੂੰ ਕੋਈ ਸਟੈਪ ਲੈਣੇ ਪੈਂਦੇ ਸਖਤ ਸਟੈਪ ਲੈਣੇ ਪੈਂਦੇ ਆ ਜਿਨ੍ਹਾਂ ਨਾਲ ਕਈ ਚੀਜ਼ਾਂ ਨੂੰ ਜਲਦੀ ਦੇ ਵਿੱਚ ਹੀ ਕਰਨਾ ਪੈਂਦਾ ਹੈ ਤੇ ਉਹਦੇ ਵਿੱਚ ਪਬਲਿਕ ਦਾ ਹੀ ਫਾਇਦਾ ਹੁੰਦਾ ਹੈ ਜੀ ਜੀ ਤੇ ਉਹ ਜ਼ਰੂਰੀ ਹੁੰਦਾ ਹੈ ਕਰਨਾ ਇਸ ਤੋਂ ਬਾਅਦ ਜਿਹੜੇ ਹੁਣ ਸੈਂਟਰਸ ਦੀ ਆਪਾਂ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਕਿੱਥੇ-ਕਿੱਥੇ ਜਿਹੜੀ ਇਹ ਸਾਡੀ ਵੈਕਸੀਨ ਹੈ ਉਪਲਬਧ ਕਰਾਈ ਜਾਏਗੀ ਅ ਦੇਖੋ ਜੀ ਕੱਲ ਜਿਹੜੀ ਵੈਕਸੀਨ ਹੈਗੀ ਆ ਚੰਡੀਗੜ੍ਹ ਸਾਡੇ ਕੋਲ ਪਹੁੰਚ ਚੁੱਕੀ ਹੈਗੀ ਆ ਤੇ ਅੱਜ ਮੋਸਟ ਪ੍ਰੋਬਬਲੀ ਸ਼ਾਮ ਤੱਕ ਜਲੰਧਰ ਵੀ ਆ ਜਾਵੇਗੀ ਜੀ ਤੇ ਕਿੰਨੀ ਖੇਪ ਜਿਹੜੀ ਆ ਉਹ ਸਾਡੇ ਕੋਲ ਪਹੁੰਚ ਰਹੀ ਹੈ ਸਾਡੇ ਕੋਲ ਜਲੰਧਰ ਦੇ ਵਿੱਚ ਜਿਹੜੇ ਸਾਡੇ ਕੋਲ ਇੱਕ ਪੋਰਟਲ ਬਣਿਆ ਹੈਗਾ ਕੋਵਿਡ ਪੋਰਟਲ ਜਿਹਦੇ ਵਿੱਚ ਸਾਰੀਆਂ ਐਂਟਰੀਜ਼ ਅਸੀਂ ਕਰਦੇ ਹਾਂ ਜਿਨ੍ਹਾਂ ਦੇ ਕਿ ਵੈਕਸੀਨੇਸ਼ਨ ਹੋਣੀ ਆ ਜੀ ਅੱਜ ਜਿਹੜੀ ਪਹਿਲੀ ਵੈਕਸੀਨੇਸ਼ਨ ਸਟੈਪ ਜਿਹੜਾ ਸਾਡਾ ਹੈਗਾ ਕਿ ਜਿਹੜੇ ਸਾਡੇ ਹੈਲਥ ਵਰਕਰਸ ਹੈਗੇ ਆ ਉਹਨਾਂ ਨੂੰ ਅਸੀਂ ਦਵਾਵਾਂਗੇ ਉਹ ਤੋਂ ਬਾਅਦ ਅਸੀਂ ਫਰੰਟਲਾਈਨ ਵਰਕਰਸ ਨੂੰ ਲਵਾਵਾਂਗੇ ਤੇ ਤੀਸਰੇ ਸਟੈਪ ਦੇ ਵਿੱਚ ਅਸੀਂ ਉਹ ਲੋਕਾਂ ਨੂੰ ਲਵਾਵਾਂਗੇ ਜਿਹਨਾਂ ਦੀ ਉਮਰ 50 ਸਾਲ ਤੋਂ ਜ਼ਿਆਦਾ ਹੈ ਜਾਂ ਉਹਨਾਂ ਨੂੰ ਕੋਈ ਹੋਰ ਬਿਮਾਰੀ ਨਾਲ ਹੈਗੀ ਆ ਸੋ ਪਹਿਲਾਂ ਜਿਹੜਾ ਸਾਡਾ 16 ਤਰੀਕ ਨੂੰ ਜਿਹੜਾ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਇਹਦਾ ਆਗਾਜ਼ ਕਰਨਗੇ ਸਟਾਰਟ ਕਰਨਗੇ ਉਹਦੇ ਵਿੱਚ ਅਸੀਂ ਜਿਹੜੇ ਹੈਲਥ ਵਰਕਰਸ ਹੈਗੇ ਹੈਲਥ ਕੇਅਰ ਵਰਕਰਸ ਜਿਨ੍ਹਾਂ ਨੇ ਆਪਣੀ ਪੂਰਾ ਯੋਗਦਾਨ ਦਿੱਤਾ ਪੂਰਾ ਸਾਲ ਪੰਦੇ ਹੀ ਨਾ ਡਿਊਟੀਆਂ ਕੀਤੀਆਂ ਹੂੰ ਤੇ ਇਵਨ ਕਿ ਬਹੁਤ ਸਾਡੇ ਵਰਕਰ ਜਿਹੜੇ ਸੀਗੇ ਉਹ ਪੋਜ਼ਿਟਿਵ ਵੀ ਹੋ ਗਏ ਹੂੰ ਹੂੰ ਜੀ ਉਹ ਸਾਡੇ ਕੋਲ ਅਸੀਂ ਜਿਹੜਾ ਪੋਰਟਲ ਤੇ ਐਂਟਰੀਆਂ ਹੁਣ ਤੱਕ 12000 ਦੇ ਕਰੀਬ ਐਂਟਰੀ ਸਾਡੀ ਹੋ ਚੁੱਕੀ ਹੈ ਹੈਲਥ ਵਰਕਰਸ ਦੀ ਜਿਹੜੀ ਕਿ ਕੱਲੇ ਸਰਕਾਰੀ ਨਹੀਂ ਹੈ ਪ੍ਰਾਈਵੇਟ ਵੀ ਹੈ ਗਿਆ ਜੀ ਤੇ ਉਹਨਾਂ 12000 ਨੂੰ ਹੀ ਅਸੀਂ ਪਹਿਲਾਂ ਲਗਾਵਾਂਗੇ ਜੀ ਤੇ ਆ ਇਸ ਦੇ ਨਾਲ ਹੀ ਇਹ ਜ਼ਰੂਰ ਪੁੱਛਣਾ ਅਸੀਂ ਚਾਹਾਂਗੇ ਕਿ ਕਿੰਨੀ ਜਿਹੜੀ ਡੋਜ਼ ਹੈ ਉਹ ਨਿਰਧਾਰਿਤ ਕੀਤੀ ਗਈ ਹੈ ਜਿਹੜੀ ਵੈਕਸੀਨ ਸਾਡੇ ਕੋਲ ਆ ਰਹੀ ਹੈ ਕੋਵੀ ਸ਼ੀਲਡ ਆ ਰਹੀ ਹੈਗੀ ਆ ਇਹ سیرਮ ਇੰਸਟੀਚਿਊਟ ਆਫ ਇੰਡੀਆ ਦੇ ਵਿੱਚ ਬਣੀ ਹੈਗੀ ਆ ਤੇ ਇਹ ਜਿਹੜੀ ਵੈਕਸੀਨ ਦੀ ਵਾਇਲ ਹੈਗੀ ਆ ਉਹ 5 ਐਮ ਐਲ ਦੀ ਵਾਇਲ ਆ ਜਿਹੜੀ ਸਾਡੇ ਕੋਲ ਪੂਰੀ ਇਨਫੋਰਮੇਸ਼ਨ ਹੈਗੀ ਤੇ 5 ਐਮ ਐਲ ਦੀ ਵਾਇਲ ਦੇ ਵਿੱਚੋਂ ਅਸੀਂ 10 ਡੋਜ਼ਸ ਬਣਾਣੀਆਂ ਹੈਗੀਆਂ ਜੀ 0.5 ਐਮ ਐਲ 0.5 ਐਮ ਐਲ ਇੱਕ ਡੋਜ਼ ਲੱਗੂਗੀ ਤੇ ਉਹ ਇੰਟਰਾਮਸਕੂਲਰ ਦਿੱਤੀ ਜਾਊਗੀ ਜੀ ਤੇ ਜਿਹੜੀ ਇਹ ਡੋਸ ਦੀ ਤੁਸੀਂ ਗੱਲ ਕੀਤੀ ਕੀ ਇਹ ਡੋਸ ਹਰ ਇੱਕ ਨੂੰ ਬਰਾਬਰ ਲੱਗੇਗੀ ਹਾਂਜੀ ਇਹ ਜਿਹੜੀ ਜਿੰਨੀ ਵੀ 18 ਸਾਲ ਤੋਂ ਉੱਪਰ ਜਿੰਨੇ ਵੀ ਹੈਗੇ ਸਾਡੇ ਵਰਕਰਸ ਹੈਗੇ ਅਸੀਂ ਪਹਿਲਾਂ ਉਹਨਾਂ ਨੂੰ ਲਗਾ ਰਹੇ ਹਾਂ ਤੇ ਡੋਸ ਜਿਹੜੀ ਹੈਗੀ 0.5 ਐਮਐਲ ਇੰਟਰਾਮਸਕੂਲਰ ਡੈਲਟੋਇਡ ਮਸਲ ਤੇ ਮਾਦੇ ਬਾਹ ਦੇ ਉੱਪਰ ਦਿੱਤੀ ਜਾਊਗੀ ਤੇ ਸਾਰਿਆਂ ਦੀ ਸੇਮ ਹੋਊਗੀ ਚਲੋ ਇਹ ਤਾਂ ਤੁਸੀਂ ਨਿਰਧਾਰਿਤ ਕਰ ਲਿਆ ਕਿ ਅਸੀਂ ਪਹਿਲਾਂ ਕਿੰਨਾਂ ਨੂੰ ਲਾਣੀ ਜਿੱਦਾਂ ਆਪਾਂ ਕਰੋਨਾ ਵਾਇਰਸ ਨੂੰ ਲਗਾਣੀ ਹੈ ਲੇਕਿਨ ਜੇ ਆਮ ਪਬਲਿਕ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਲੋਕ ਹੈ ਜਿਨ੍ਹਾਂ ਲਈ ਇਹ ਮੈਡੀਸਿਨ ਇਹ ਵੈਕਸੀਨੇਸ਼ਨ ਜਿਹੜੀ ਹੈ ਜ਼ਰੂਰੀ ਹੈ ਜਿਹੜਾ ਜੋ ਸਰਕਾਰ ਦੀਆਂ ਹਦਾਇਤਾਂ ਆਈਆਂ ਸਾਨੂੰ ਉਹਦੇ ਵਿੱਚ ਮੈਂ ਜਿੱਦਾਂ ਪਹਿਲਾਂ ਦੱਸ ਚੁੱਕਾ ਕਿ ਸਭ ਤੋਂ ਪਹਿਲਾਂ ਹੈਲਥ ਵਰਕਰਸ ਉਸ ਤੋਂ ਬਾਅਦ ਫਰੰਟ ਲਾਈਨ ਵਰਕਰਸ ਫਰੰਟ ਲਾਈਨ ਵਰਕਰਸ ਦੇ ਵਿੱਚ ਸਾਡੇ ਕੋਲ ਪੁਲਿਸ ਪੈਰਾਮਿਲਟਰੀ ਫੋਰਸਸ ਜਾਂ ਹੋਰ ਵੀ ਜਿਹੜੇ ਵਰਕਰ ਸੀ ਜਿਨ੍ਹਾਂ ਨੇ ਸਾਡਾ ਕਾਫੀ ਸਹਿਯੋਗ ਕੀਤਾ ਡੂਰਿੰਗ ਕੋਵਿਡ ਪਿਛਲੇ ਸਾਲ ਦੇ ਵਿੱਚ ਉਹਨਾਂ ਨੂੰ ਅਸੀਂ ਸੈਕੰਡ ਸਟੈਪ ਤੇ ਲੈ ਕੇ ਆਵਾਂਗੇ ਤੇ ਥਰਡ ਦੇ ਵਿੱਚ ਅਸੀਂ ਉਹੀ ਲਿਆਵਾਂਗੇ ਜਿਹੜੇ 50 ਸਾਲ ਤੋਂ ਉੱਪਰ ਉਮਰ ਹੈ ਜਿਨ੍ਹਾਂ ਦੀ ਤੇ ਜਿਨ੍ਹਾਂ ਨੂੰ ਕੋਮੋਰਬਿਡ ਕੰਡੀਸ਼ਨ ਹੈਗੀ ਕੋਈ ਜਿੱਦਾਂ ਕਿਸੇ ਨੂੰ ਕੋਈ ਸ਼ੂਗਰ ਦੀ ਬਿਮਾਰੀ ਆ ਕਿਸੇ ਨੂੰ ਕੋਈ ਹਾਰਟ ਦੀ ਬਿਮਾਰੀ ਹੈਗੀ ਆ ਕਿਸੇ ਨੂੰ ਕੋਈ ਲੰਗਸ ਦੀ ਫੇਫੜਿਆਂ ਦੀ ਬਿਮਾਰੀ ਸਾਹ ਦੀ ਬਿਮਾਰੀ ਹੈਗੀ ਆ ਉਹ ਉਹਨਾਂ ਨੂੰ ਪਹਿਲਾਂ ਲਗਾਈ ਜਾਊਗੀ ਕਿਉਂਕਿ ਉਹ ਜਿਹੜੇ ਹੈਗੇ ਆ ਉਹਨਾਂ ਦੇ ਬਿਮਾਰੀ ਦੇ ਹੋਣ ਕਰਕੇ ਸਰੀਰ ਦੀ ਜਿਹੜੀ ਖਸ਼ਮਤਾ ਹੈਗੀ ਆ ਤਾਕਤ ਆ ਉਹ ਘਟ ਜਾਂਦੀ ਹੈਗੀ ਆ ਬਿਮਾਰੀ ਨਾਲ ਲੜਨ ਦੀ ਸੋ ਉਹਨਾਂ ਨੂੰ ਆਪਾਂ ਪਹਿਲਾਂ ਦੇ ਕੇ ਉਹਨਾਂ ਦੀ ਲਾਈਫ ਪਹਿਲਾਂ ਸੇਵ ਕਰਾਂਗੇ ਤੇ ਕਿਉਂਕਿ ਅਸੀਂ ਦੇਖਣ ਵਿੱਚ ਇਹ ਵੀ ਆਇਆ ਜਾਂ ਤੁਸੀਂ ਵੀ ਦੇਖਿਆ ਹੋਊਗਾ ਇਹ ਸਾਡੇ ਹੁਣ ਤੱਕ 97 98% ਦੀ ਜਿਹੜੀ ਰਿਕਵਰੀ ਰੇਟ ਚੱਲ ਰਿਹਾ ਹੈਗਾ ਜੀ 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 ਜਿਹਦਾ ਮਤਲਬ ਹੀ ਹੈਗਾ ਕਿ ਜਿਹੜੇ ਸਾਡੇ ਯੰਗ ਹੈਗੇ ਆ ਜਾਂ ਜਿਨ੍ਹਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਹੈਗੀ ਕੋਮਾ ਵਾਲੀ ਕੰਡੀਸ਼ਨ ਨਹੀਂ ਹੈਗੀ ਉਹਨਾਂ ਦਾ ਰਿਕਵਰੀ ਰੇਟ ਬਹੁਤ ਅੱਛਾ ਆਏਗਾ ਸੋ ਸਰਕਾਰ ਨੇ ਇਹ ਸਾਰੀਆਂ ਚੀਜ਼ਾਂ ਧਿਆਨ ਚ ਰੱਖ ਕੇ ਹੀ ਇਹ ਜਿਹੜੇ ਸਟੈਪ ਵਾਈਜ਼ ਇਹਨੂੰ ਲਾਗੂ ਕੀਤਾ ਕਿ ਜਿਹੜੇ ਸਾਡੇ ਯੰਗ ਹੈਗੇ ਸੇਫ ਆ ਉਹ ਥੋੜੇ ਸੇਫ ਆ ਜੀ ਕੰਪੈਰੀਟਿਵਲੀ ਉਹਨਾਂ ਨਾਲੋਂ ਜਿਹੜੇ ਕਿ ਬਜ਼ੁਰਗ ਹੈਗੇ ਆ ਜਾਂ ਜਿਹੜੇ ਕੋਮਾ ਵਿੱਚ ਹੈਗੇ ਬਿਲਕੁਲ ਬਿਲਕੁਲ ਤੇ ਡਾਕਟਰ ਸਾਹਿਬ ਇੱਕ ਸਵਾਲ ਮਨ ਦੇ ਵਿੱਚ ਇਹ ਆਉਂਦਾ ਹੈ ਕਿ ਜੇ ਮੈਂ ਵੀ ਕੋਵਿਡ 19 ਦੀ ਵੈਕਸੀਨ ਲੈਣਾ ਚਾਹੁੰਦੀ ਆ ਤੇ ਮੇਰੇ ਮਨ ਦੇ ਵਿੱਚ ਵੀ ਇਹ ਡਰ ਹੈ ਕਿ ਮੇਰੇ ਲਈ ਇਹ ਸੇਫ ਹੈ ਮਨ ਦੇ ਵਿੱਚ ਇਸ ਵੇਲੇ ਦੁਵਿਧਾ ਹੈ ਹਾਂ ਦੇਖੋ ਇਹ ਵੈਕਸੀਨ ਜਿਹੜੀ ਹੈਗੀ ਆ ਆਲਰੇਡੀ ਪਹਿਲਾਂ ਟੈਸਟਡ ਹੋ ਕੇ ਫੇਰ ਹੀ ਪਬਲਿਕ ਵਿੱਚ ਆਂਦੀ ਆ ਹਾਂ ਇਹ ਜ਼ਰੂਰ ਹੈ ਕਿ ਜਲਦੀ ਦੇ ਵਿੱਚ ਅਸੀਂ ਕੁਝ ਜਿਹੜਾ ਹੈਗਾ ਕਿ ਜਿਆਦਾ ਜੇ ਮਤਲਬ 10000 ਤੇ ਅਸੀਂ ਟੈਸਟ ਕਰਨਾ ਅਸੀਂ ਉਹ 5000 ਤੱਕ ਕਰ ਲੈਨੇ ਆ ਪਰ ਇਹ ਨਹੀਂ ਹੈ ਕਿ ਟੈਸਟ ਨਹੀਂ ਕਰਦੇ ਅਸੀਂ ਉਹਨੂੰ ਪ੍ਰੋਪਰ ਟੈਸਟ ਕਰਕੇ ਹੀ ਗਵਰਨਮੈਂਟ ਜਿਹੜੀ ਅੱਗੇ ਪਬਲਿਕ ਚ ਦਿੰਦੀ ਆ ਤੇ ਸਾਰਿਆਂ ਲਈ ਸੇਫ ਆ ਤੇ ਸਭ ਤੋਂ ਪਹਿਲਾਂ ਡਾਕਟਰ ਹੀ ਲਗਾਣਗੇ ਸਾਡਾ ਡਾਕਟਰ ਜਿਹੜੇ ਆ ਸਭ ਤੋਂ ਪਹਿਲਾਂ ਉਹ ਲਗਾਣਗੇ ਫਿਰ ਪਬਲਿਕ ਤੇ ਲਗਾਈ ਜਾਵੇਗੀ ਸੋ ਇਸ ਤੋਂ ਪਬਲਿਕ ਨੂੰ ਇਹ ਹੀ ਸੋਚਣਾ ਚਾਹੀਦਾ ਕਿ ਜਿਹੜਾ ਡਾਕਟਰ ਆਪਣੇ ਲਗਾ ਰਹੇ ਆ ਤੇ ਪਬਲਿਕਲੀ ਸੇਫ ਆ ਕਿ ਇਹ ਜਿਹੜੀ ਵੈਕਸੀਨੇਸ਼ਨ ਹੈ ਇਹ ਸਿਰਫ ਕੋਵਿਡ ਦੇ ਮਰੀਜ਼ਾਂ ਤੇ ਲਈ ਵੀ ਆ ਜਾਂ ਆਮ ਪਬਲਿਕ ਲਈ ਔਰ ਡੋਨਰ ਲਈ ਅਲੱਗ-ਅਲੱਗ ਡੋਸ ਹੈ ਅਲੱਗ-ਅਲੱਗ ਡੋਸ ਸਾਰਿਆਂ ਲਈ ਸੇਮ ਹੈਗੀ ਆ ਤੇ ਸਾਰਿਆਂ ਨੂੰ ਸਟੈਪ ਵਾਈਜ਼ ਲਗਾਈ ਜਾਊਗੀ ਤੇ ਮੈਂ ਇਹਦੇ ਨਾਲ ਹੀ ਅਨਮੋਲ ਨੇ ਇੱਕ ਸਵਾਲ ਕੀਤਾ ਤੇ ਉਹਦੇ ਨਾਲ ਹੀ ਮੈਂ ਇੱਕ ਸਵਾਲ ਜੋੜਨਾ ਚਾਹੂੰਗੀ ਕਿ ਉਹ ਲੋਕ ਹੈਨਾ ਜਿਨ੍ਹਾਂ ਨੂੰ ਅਸੀਂ ਮਰੀਜ਼ ਕਹ ਦਈਏ ਕਿ ਜਿਹੜੇ ਕਰੋਨਾ ਨਾਲ ਜੂਝ ਰਹੇ ਨੇ ਜਿਨ੍ਹਾਂ ਨੂੰ ਇਸ ਵੇਲੇ ਕਰੋਨਾ ਹੈ ਕਿ ਉਹਨਾਂ ਨੂੰ ਵੀ ਇਹ ਵੈਕਸੀਨ ਲਗਾਈ ਜਾਏਗੀ ਹਾਂ ਬਿਲਕੁਲ ਜੀ ਬਿਲਕੁਲ ਜਿਹੜੇ ਕਰੋਨਾ ਜਿਨ੍ਹਾਂ ਨੂੰ ਹੋ ਚੁੱਕਾ ਹੈਗਾ ਇਹ ਸਰਫ ਉਹਨਾਂ ਦੀ ਜਿਹੜੀ ਐਂਟੀਬਾਡੀਜ਼ ਬਣ ਜਾਂਦੀਆਂ ਹੈਗੀਆਂ ਬਿਮਾਰੀ ਨੂੰ ਰੋਕਣ ਲਈ ਆਪਣੇ ਸਰੀਰ 'ਚ ਬਣ ਜਾਂਦੀਆਂ ਹੈਗੀਆਂ ਉਹ 3 ਤੋਂ 6 ਮਹੀਨੇ ਤੱਕ ਟਾਈਮ ਹੁੰਦਾ ਹੈ ਸੋ ਇਹ ਸਮਝਣਾ ਬਿਲਕੁਲ ਗਲਤ ਆ ਕਿ ਜੇ ਨੂੰ ਇੱਕ ਵਾਰੀ ਕਰੋਨਾ ਹੋ ਗਿਆ ਉਹਨੂੰ ਦੁਬਾਰਾ ਨਹੀਂ ਹੋਊਗਾ ਉਹਨੂੰ ਵੀ ਦੁਬਾਰਾ ਹੋ ਸਕਦਾ ਸੋ ਇਸ ਕਰਕੇ ਸਾਰਿਆਂ ਨੂੰ ਹੀ ਲਗਾਣੀ ਪਊਗੀ ਪਰ ਇਹਦੇ 'ਚ ਕੁਝ ਜਿਹੜੀਆਂ ਹੈਗੀਆਂ ਕਾਉਂਟਰ ਇੰਡੀਕੇਸ਼ਨ ਵੀ ਹੈਗੀਆਂ ਜਿਨ੍ਹਾਂ ਵਿੱਚ ਆਪਾਂ ਉਹਨਾਂ ਜਿਹੜੇ ਹੈਗੇ ਆ ਲਾਭਪਾਤਰੀ ਬੈਨੇਫਿਸ਼ਰੀ ਉਹਨਾਂ ਨੂੰ ਨਹੀਂ ਲਗਾਣੀਆਂ ਹੂੰ ਹੂੰ ਪਹਿਲੀ ਗੱਲ ਜਿਹੜੇ ਕਿ ਕਿਸੇ ਨੂੰ ਕਿਸੇ ਅਲਰਜੀ ਹੈ ਕਿਸੇ ਵੈਕਸੀਨ ਤੋਂ ਜਾਂ ਕਿਸੇ ਦਵਾਈ ਤੋਂ ਬਹੁਤ ਜ਼ਿਆਦਾ ਅਲਰਜੀ ਹੋ ਜਾਂਦੀ ਹੈਗੀ ਉਹ ਅਸੀਂ ਉਹਨਾਂ ਨੂੰ ਪਰਹੇਜ਼ ਕਰਾਂਗੇ ਦੂਸਰੇ ਨੰਬਰ ਤੇ ਇਮਿਊਨੋ ਕੰਪਰਮਾਈਜ਼ਡ ਪੇਸ਼ੈਂਟ ਇਮਿਊਨੋ ਕੰਪਰਮਾਈਜ਼ ਉਹ ਹੁੰਦੇ ਆ ਕਿ ਜਿਨ੍ਹਾਂ ਦੇ ਸਰੀਰ ਦੇ ਵਿੱਚ ਬਿਮਾਰੀ ਨਾਲ ਲੜਨ ਦੀ ਤਾਕਤ ਨਹੀਂ ਹੁੰਦੀ ਜਿਦਾ ਏਡਸ ਦਾ ਪੇਸ਼ੈਂਟ ਆ ਜਾਂਦਾ ਹੈ ਸਾਡੇ ਕੋਲ ਐਚਆਈਵੀ ਦਾ ਪੇਸ਼ੈਂਟ ਆ ਉਹਦੀ ਤਾਕਤ ਬਹੁਤ ਜ਼ਿਆਦਾ ਘਟ ਜਾਂਦੀ ਹੈ ਕੋਈ ਕੈਂਸਰ ਦੀਆਂ ਦਵਾਈਆਂ ਚੱਲਦੀਆਂ ਕਈਆਂ ਮਰੀਜ਼ਾਂ ਨੂੰ ਉਹਨਾਂ ਦਵਾਈਆਂ ਨਾਲ ਸਰੀਰ ਦੀ ਤਾਕਤ ਘਟ ਜਾਂਦੀ ਹੈ ਬਿਮਾਰੀ ਨਾਲ ਲੜਨ ਦੀ ਸੋ ਇਮਿਊਨੋ ਕੰਪਰਮਾਈਜ਼ਡ ਪੇਸ਼ੈਂਟ ਜਿਹੜੇ ਹੁੰਦੇ ਆ ਅਸੀਂ ਉਹਨਾਂ ਨੂੰ ਨਹੀਂ ਲਗਾਵਾਂਗੇ ਤੀਸਰੇ ਨੰਬਰ ਤੇ ਬਲੀਡਿੰਗ ਡਿਸਆਰਡਰਸ ਜੀ ਕਿ ਕਿਸੇ ਨੂੰ ਖੂਨ ਵਗਣ ਦੀ ਬਿਮਾਰੀ ਹੈ ਜਾਂ ਕੋਈ ਖੂਨ ਪਤਲਾ ਕਰਨ ਦੀ ਦਵਾਈ ਖਾ ਰਿਆ ਜੀ 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 ਉਹਨਾਂ ਨੂੰ ਵੀ ਅਸੀਂ ਫਿਲਹਾਲ ਇਹ ਨਹੀਂ ਲਗਾਵਾਂਗੇ ਚੌਥੇ ਨੰਬਰ ਤੇ ਜਿਹਨਾਂ ਜਿਹੜੀ ਪ੍ਰੈਗਨੈਂਟ ਲੇਡੀਆਂ ਹੈਗੀ ਆ ਜੀ ਜੀ ਉਹਨਾਂ ਨੂੰ ਵੀ ਅਸੀਂ ਅਵੋਇਡ ਕਰਾਂਗੇ ਜੀ ਫਰਸਟ ਸਟੈਪ ਦੇ ਵਿੱਚ ਤੇ ਪੰਜਵੇਂ ਨੰਬਰ ਤੇ ਜੇ ਕੋਈ ਬੁਖਾਰ ਦਾ ਪੇਸ਼ੈਂਟ ਆ ਜਾਂਦਾ ਉਹਨੂੰ ਤਾਂ ਬਿਲਕੁਲ ਨਹੀਂ ਲਗਾਵਾਂਗੇ ਉਹਨੂੰ ਤਾਂ ਪਹਿਲਾਂ ਇਹ ਕਹਾਂਗੇ ਕਿ ਪਾਈਪਲਾਂ ਕੋਰੋਨਾ ਟੈਸਟ ਕਰਾਓ ਜੀ ਫਿਰ ਬਿਲਕੁਲ ਉਹ ਤੋਂ ਬਾਅਦ ਲਗਾਉਣਗੇ ਵਿਸ਼ਵ ਪੱਧਰ ਤੇ ਜਿਹੜੀ ਇਹ ਵੈਕਸੀਨ ਹੈ ਉਹ ਰਿਲੀਜ਼ ਹੋ ਰਹੀ ਆ ਸਾਡੇ ਕੋਲ ਜਿਹੜੀ ਕਿਸਮ ਪਹੁੰਚ ਰਹੀ ਆ ਭਾਰਤ ਦੇ ਵਿੱਚ ਜਾਂ ਕਿਸ ਕਿਸਮ ਦੀ ਖੇਪ ਜਿਹੜੀ ਆ ਸਾਡੇ ਕੋਲ ਆ ਰਹੀ ਆ ਉਹ ਕਿੰਨੀ ਕੁ ਕਾਰਗਰ ਹੋ ਸਕਦੀ ਹੈ ਬਾਕੀਆਂ ਦੇ ਮੁਕਾਬਲੇ ਆ ਦੇਖੋ ਅਮਰੀਕਾ ਇੰਗਲੈਂਡ ਚ ਤੇਈ ਜਗ੍ਹਾ ਹੋਰ ਕੰਟਰੀਆਂ ਚ ਵੀ ਸ਼ੁਰੂ ਹੋ ਗਈ ਹੈ ਵੈਕਸੀਨੇਸ਼ਨ ਚੱਲ ਰਹੀ ਹੈ ਜੀ ਸੋ ਅਲੱਗ ਅਲੱਗ ਕੰਪਨੀਆਂ ਜਿਹੜੀਆਂ ਹੈਗੀਆਂ ਅਲੱਗ ਅਲੱਗ ਵੈਕਸੀਨ ਬਣਾ ਰਹੀਆਂ ਉਹਨਾਂ ਵਿੱਚ ਬਾਹਰ ਫਾਈਜ਼ਰ ਵਾਲੀ ਜਿਹੜੀ ਹੈ ਉਹ ਜ਼ਿਆਦਾ ਯੂਜ਼ ਕਰ ਰਹੇ ਆ ਉਹ ਪਰ ਉਹ ਸਾਡੇ ਉਹ ਨਹੀਂ ਆ ਰਹੀ ਜੋ ਕਿ ਫਾਈਜ਼ਰ ਜਿਹੜੀ ਹੈਗੀ ਆ ਵੈਕਸੀਨ ਉਹ -70 ਡਿਗਰੀ ਤੇ ਉਹਨੂੰ ਸਟੋਰ ਕਰਨਾ ਪੈਂਦਾ ਹੂੰ ਹੂੰ ਤੋ ਸਾਡੇ ਕੋਲ -70 ਡਿਗਰੀ ਲਈ ਇਹਨੇ ਪ੍ਰਬੰਧ ਕਰਨੇ ਜਿਹੜੇ ਏਡੇ ਵੱਡੇ ਮੁਲਖ ਚ ਕਰੋਨਾ ਦੀ ਪਾਪੂਲੇਸ਼ਨ ਦੇ ਵਿੱਚ ਬੜੇ ਮੁਸ਼ਕਲ ਹੈਗੇ ਆ ਜੀ ਸੋ ਸਾਡੇ ਕੋਲ ਭਾਰਤ ਸਰਕਾਰ ਨੇ ਦੋ ਵੈਕਸੀਨ ਜਿਹੜੇ ਆ ਉਹਨਾਂ ਨੂੰ ਅਪਰੂਵਲ ਕੀਤਾ ਮਨਜ਼ੂਰ ਕੀਤਾ ਹੈਗਾ ਜਿਨ੍ਹਾਂ ਵਿੱਚ ਕੋ-ਵੈਕਸੀਨ ਤੇ ਕੋਵੀ ਸ਼ੀਲਡ ਹੈਗੀ ਹੈ ਹੂੰ ਕੋਵੀ ਸ਼ੀਲਡ ਜਿਹੜੀ ਆ ਉਸ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ ਬਣੀ ਹੈਗੀ ਜਿਹੜੀ ਆ ਉਹ ਸਾਡੇ ਕੋਲ ਪੰਜਾਬ ਚ ਵੀ ਹੋਈ ਜਾ ਰਹੀ ਹੈ ਜੀ ਹਾਂ ਜੀ ਤੇ ਜਿੱਦਾਂ ਜਿੱਦਾਂ ਸਾਡੇ ਕੋਲ ਅੱਗੇ ਸਰਕਾਰ ਵੈਕਸੀਨ ਆਊਗੀ ਉਸੇ ਤਰ੍ਹਾਂ ਅਸੀਂ ਲਗਾਵਾਂਗੇ ਪਰ ਇੱਕ ਚੀਜ਼ ਜ਼ਰੂਰੀ ਹੈ ਦੇ ਵਿੱਚ ਹੈ ਕਿ ਜਿਹੜੀ ਵੈਕਸੀਨ ਪਹਿਲਾਂ ਲੱਗੂਗੀ ਜੀ ਉਹਦਾ ਸੈਕੰਡ ਡੋਜ਼ ਵੀ ਉਸੇ ਵੈਕਸੀਨ ਦੀ ਲੱਗੂਗੀ ਇਹ ਨਹੀਂ ਹੈ ਕਿ ਸਾਡੇ ਕੋਲ ਦੋ ਤਰ੍ਹਾਂ ਦੀ ਆ ਰਹੀ ਆ ਪਹਿਲਾ ਵੈਕਸੀਨ ਅਸੀਂ ਇੱਕ ਵਾਲੀ ਲਗਾ ਲਈ ਦੂਸਰੀ ਵਾਰੀ ਦੂਸਰੀ ਲਗਾ ਲਈ ਸੋ ਇਹ ਇਹ ਧਿਆਨ ਰੱਖਣ ਵਾਲੀ ਗੱਲ ਹੈ ਬਿਲਕੁਲ ਧਿਆਨ ਰੱਖਣ ਵਾਲੀ ਗੱਲ ਹੈ ਤੇ ਨਾਲ ਹੀ ਸਵਾਲ ਇਹ ਬੰਦਾ ਹੈ ਕਿ ਇੱਕ ਵਾਰੀ ਜਦੋਂ ਵੈਕਸੀਨ ਲੱਗ ਗਈ ਤੇ ਕਿੰਨੇ ਡਿਫਰੈਂਸ ਤੋਂ ਬਾਅਦ ਜਿਹੜੀ ਦੂਸਰੀ ਵੈਕਸੀਨ ਲੱਗੇਗੀ ਤੇ ਉਸ ਦੌਰਾਨ ਕੀ ਪ੍ਰੀਕਾਸ਼ਨ ਲੈਣੇ ਪੈਣਗੇ ਹਾਂਜੀ ਇਹ 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 ਬੜਾ ਇੰਪੋਰਟੈਂਟ ਹੈਗਾ ਗੱਲ ਜਿਹੜੀ ਕਿ ਜਦੋਂ ਅਸੀਂ ਪਹਿਲੀ ਡੋਜ਼ ਲਗਾਨੀ ਆ ਮੰਨ ਲਓ 16 ਤਰੀਕ ਨੂੰ ਸਾਡੇ ਪਹਿਲੀ ਡੋਜ਼ ਲੱਗਦੀ ਆ ਹੂੰ ਉਹਦੇ ਤੋਂ 28 ਦਿਨ ਬਾਅਦ ਦੂਸਰੀ ਡੋਜ਼ ਹੂੰ ਲੱਗਣੀ ਹੈਗੀ ਜੀ ਤੇ ਦੋਸ ਪਹਿਲੀ ਲਗਣ ਤੋਂ ਇਹ ਨਹੀਂ ਮੰਨ ਲੈਣਾ ਕਿ ਮੈਨੂੰ ਪਹਿਲੀ ਡੋਜ਼ ਲੱਗ ਗਈ ਤੇ ਮੈਨੂੰ ਵੈਕਸੀਨ ਲੱਗਣ ਤੋਂ ਬਾਅਦ ਕਰੋਨਾ ਨਹੀਂ ਹੋ ਸਕਦਾ ਜਾਂ ਮੈਂ ਹੁਣ ਪੂਰੀ ਤਰ੍ਹਾਂ ਪ੍ਰੋਟੈਕਟ ਹੋ ਗਿਆ ਜੀ ਜੀ ਸੋ ਉਹਨੂੰ ਜਿਹੜਾ ਵੀ ਬੈਨੀਫਿਸ਼ੀਰੀ ਹੈਗਾ ਆ ਉਹਨੂੰ ਪਹਿਲੀ ਡੋਜ਼ ਤੇ ਦੂਜੀ ਡੋਜ਼ ਤੱਕ ਤੇ ਦੂਜੀ ਡੋਜ਼ ਤੋਂ 2 ਹਫ਼ਤੇ ਬਾਅਦ ਤੱਕ ਐਂਟੀਬਾਡੀਜ਼ ਬਣਨ ਗਈ ਬਣਨ ਗਿਆ ਬਿਲਕੁਲ ਬੜੀ ਬੜੀ ਹੀ ਇੱਕ ਖਾਸ ਗੱਲ ਹੈ ਜੀ ਹਾਂ ਇਹ ਜਿਹੜਾ ਫਿਰ ਪਹਿਲੀ ਡੋਜ਼ ਤੋਂ ਲੈ ਕੇ ਦੂਜੀ ਡੋਜ਼ ਪਲੱਸ 2 ਹਫ਼ਤੇ ਐਕਸਟਰਾ ਉਹਨੂੰ ਪੂਰਾ ਉਹੀ ਪ੍ਰਕਾਸ਼ਨ ਲੈਣੀਆ ਪੈਣੀ ਆ ਜਿਹੜੀਆਂ ਕਿ ਅਸੀਂ ਕੋਵਿਡ ਚ ਲੈਂਦੇ ਸੀ ਜਿਵੇਂ ਕਿ ਮਾਸਕ ਪਾ ਕੇ ਰੱਖਣਾ ਹੱਥ ਨੂੰ ਬਾਰ ਬਾਰ ਧੋਣਾ ਜਾਂ ਸੈਨੀਟਾਈਜ਼ ਕਰਨਾ ਹੈਗਾ ਦੋ ਗਾਜ਼ ਦੀ ਦੂਰੀ ਰੱਖਣੀ ਹੈਗੀ ਆ ਜਿਹੜੀਆਂ ਸਾਡੀਆਂ ਫੰਕਸ਼ਨਸ ਹੁੰਦੇ ਹੈਗੇ ਆ ਜਿੱਥੇ ਬਹੁਤ ਜ਼ਿਆਦਾ ਗੈਦਰਿੰਗਸ ਹੁੰਦੀ ਹੈ ਉਹਨੂੰ ਅਵੋਇਡ ਕਰਨਾ ਇਹ ਮਹੀਨੇ ਤੋਂ ਲੈ ਕੇ ਡੇਢ ਮਹੀਨੇ ਤੱਕ ਇਹ ਬਹੁਤ ਜ਼ਰੂਰੀ ਆ ਉਸ ਤੋਂ ਬਾਅਦ ਜਦੋਂ ਐਂਟੀਬਾਡੀਜ਼ ਤੁਹਾਡੇ ਸਰੀਰ ਦੇ ਵਿੱਚ ਬਣਨੀਆਂ ਸ਼ੁਰੂ ਹੋ ਗਈਆਂ ਜਾਂ ਬਣ ਜਾਂਦੀਆਂ ਹੈਗੀਆਂ ਫਿਰ ਉਹਨੂੰ ਪਰਪੋਰਸ਼ਨ ਤਾਂ ਲੈਣੀਆਂ ਹੀ ਆ ਪਰ ਫਿਰ ਥੋੜਾ ਜਿਹਾ ਘੱਟ ਕਰ ਸਕਦੇ ਹਾਂ ਅਸੀਂ ਜੀ ਬਿਲਕੁਲ ਜੀ ਗੱਲ ਹੈ ਅਨਮੋਲ ਕਿੰਨੀ ਖਾਸ ਗੱਲ ਹੈ ਨਾ ਕਿਉਂਕਿ ਅਸੀਂ ਤਾਂ ਇਹ ਹੀ ਸੋਚਦੇ ਸੀ ਕਿ ਇੱਕ ਵਾਰੀ ਜਦੋਂ ਕੋਰੋਨਾ ਵੈਕਸੀਨ ਅਸੀਂ ਲੈ ਲਈ ਜਦੋਂ ਅਸੀਂ ਕੋਰੋਨਾ ਦਾ ਇੰਜੈਕਸ਼ਨ ਲਗਵਾ ਲਿਆ ਉਸ ਤੋਂ ਬਾਅਦ ਅਸੀਂ ਪੂਰੀ ਤਰ੍ਹਾਂ ਸੇਫ ਆ ਹਨਾ ਅਸੀਂ ਆਪਸ ਦੇ ਵਿੱਚ ਇਹ ਹੀ ਸੋਚਦੇ ਸੀ ਕਿ ਵੈਕਸੀਨ ਲੈਣ ਤੋਂ ਬਾਅਦ ਹੁਣ ਅਸੀਂ ਪੂਰੀ ਤਰ੍ਹਾਂ ਸੇਫ ਆ ਤੇ ਹੋ ਸਕਦਾ ਹੈ ਕਿ ਅਸੀਂ ਪ੍ਰੀਕਾਸ਼ਨ ਨਾ ਵੀ ਲਈਏ ਤਾਂ ਵੀ ਅਸੀਂ ਬਚੇ ਰਹੀਏ ਮਤਲਬ ਇਸ ਗੱਲ ਦੇ ਵਿੱਚ ਇੰਨੀ ਸੱਚਾਈ ਨਹੀਂ ਹੈ ਸਾਨੂੰ ਪ੍ਰੀਕਾਸ਼ਨ ਉਹਨੇ ਹੀ ਲੈਣੇ ਪੈਣੇ ਹਨ ਪਰ ਇਹਦੇ ਨਾਲ ਨਾਲ ਦੂਜਾ ਪਹਿਲੂ ਅਗ ਕਰ ਹੂੰ ਤੇ ਉਹ ਕਿੰਨੇ ਕੁ ਸਾਨੂੰ ਪ੍ਰਭਾਵ ਕਰ ਸਕਦੇ ਨੇ ਆ ਦੇਖੋ ਜੀ ਸਾਈਡ ਇਫੈਕਟਸ ਜਿਹੜੇ ਆ ਉਹ ਹਰ ਇੱਕ ਦਵਾਈ ਨਾਲ ਹੁੰਦੇ ਆ ਜੀ ਸਾਡੇ ਕੋਲ ਪਹਿਲਾਂ ਵੀ ਵੈਕਸੀਨੇਸ਼ਨ ਪ੍ਰੋਗਰਾਮ ਚੱਲਦਾ ਇਮਿਊਨਾਈਜੇਸ਼ਨ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਛੋਟੇ ਬੱਚਿਆਂ ਤੋਂ ਲੈ ਕੇ ਨਿਊ ਬੋਰਨ ਤੋਂ 18 ਸਾਲ ਦੀ ਉਮਰ ਤੱਕ ਅਸੀਂ ਟੀਕੇ ਲਗਾਉਂਦੇ ਆ ਜੀ ਪ੍ਰੈਗਨੈਂਟ ਲੇਡੀਆਂ ਦੇ ਵੀ ਟੀਕੇ ਲੱਗਦੇ ਆ ਤੋਂ ਸਾਡਾ ਇੱਕ ਸਿਸਟਮ ਪਹਿਲਾਂ ਹੀ ਕੰਟਰੀਜ਼ ਬਹੁਤ ਵੱਡਾ ਸਿਸਟਮ ਬਣਿਆ ਆ ਜੀ ਤੇ ਜਿਹਦੇ ਵਿੱਚ ਤਕਰੀਬਨ 6 ਕਰੋੜ ਦੇ ਲਗਭਗ 3 ਕਿ ਕਿ ਅਸੀਂ ਸਾਲ ਚ ਲਾਣੇ ਆ ਸੋ ਉਹਦੇ ਲਈ ਸਾਡਾ ਜਿਹੜਾ ਪੂਰਾ ਸਿਸਟਮ ਹੈਗਾ ਤੋਂ ਸਾਨੂੰ ਉਸ ਵੈਕਸੀਨੇਸ਼ਨ ਦੇ ਵੇ ਨਾਲ ਵੀ ਬੱਚਿਆਂ ਨੂੰ ਇਨਫਾ ਜਿਹੜੇ ਸਾਈਡ ਇਫੈਕਟਸ ਹੁੰਦੇ ਸੋ ਇਹ ਕਹਿਣਾ ਕਿ ਸਾਈਡ ਇਫੈਕਟਸ ਹੋ ਨਹੀਂ ਸਕਦੇ ਹਰ ਵੈਕਸੀਨ ਦੇ ਹਰ ਦਵਾਈ ਦੇ ਸਾਈਡ ਇਫੈਕਟਸ ਹੁੰਦੇ ਆ ਸੋ ਪਹਿਲਾਂ ਜਿਹੜੇ ਕਾਮਨ ਸਾਈਡ ਇਫੈਕਟਸ ਆ ਜਾਂਦੇ ਹੈਗੇ ਆ ਉਹਨਾਂ ਚ ਇਹ ਹੁੰਦਾ ਕਿ ਜਿੱਥੇ ਤੁਸੀਂ ਟੀਕਾ ਲਗਾਇਆ ਉੱਥੇ ਲਾਲਗੀ ਆ ਗਈ ਜੀ ਦਰਦ ਹੋਣ ਲੱਗ ਪਈ ਬਾਹਾਂ ਚ ਦਰਦ ਹੋਣ ਲੱਗ ਪਈ ਠੀਕ ਹੈ ਨਾ ਫੀਵਰ ਬੁਖਾਰ ਹੋ ਸਕਦਾ ਸੋ ਇਹ ਤਾਂ ਕਾਮਨ ਹੈਗੇ ਆ ਕਿਸੇ ਵੀ ਵੈਕਸੀਨੇਸ਼ਨ ਨਾਲ ਹੋ ਸਕਦੇ ਆ ਇਹਨਾਂ ਸਾਈਡ ਇਫੈਕਟਸ ਤੇ ਅਸੀਂ ਜਿਆਦਾ ਇਹਨਾਂ ਧਿਆਨ ਨਹੀਂ ਦਿੰਦੇ ਪਰ ਇਹਦੇ ਤੋਂ ਇਲਾਵਾ ਕੁਝ ਸੀਰੀਅਸ ਸਾਈਡ ਇਫੈਕਟਸ ਹੁੰਦੇ ਆ ਜੀ ਜਿਨ੍ਹਾਂ ਨੂੰ ਕਿਸ ਧਿਆਨ ਵਿੱਚ ਰੱਖਦੇ ਹੋਏ ਸੀ ਸਰਕਾਰ ਨੇ ਪੂਰਾ ਜਿਹੜਾ ਪ੍ਰਬੰਧ ਕੀਤਾ ਹੈਗਾ ਕਿ ਜਿੱਥੇ ਵੀ ਵੈਕਸੀਨੇਸ਼ਨ ਹੋਣੀ ਆ ਉਸ ਜਗ੍ਹਾ ਤੇ ਇੱਕ ਡਾਕਟਰ ਰਹੂਗਾ ਜੀ ਅ ਮੈਡੀਕਲ ਸਵੈਸਟ੍ਰਿਸ ਜਾਂ ਐਨਸੈਥੈਟਿਸ ਜਿਹੜਾ ਡਾਕਟਰ ਆ ਉਹ ਉੱਥੇ ਹੀ ਉਸ ਏਰੀਆ ਦੇ ਵਿੱਚ ਹੀ ਰਹੂਗਾ ਕਿ ਜਦੋਂ ਵੀ ਲੋੜ ਪੈਂਦੀ ਆ ਉੱਥੇ ਉਹਨੂੰ ਬੁਲਾਇਆ ਜਾ ਸਕੇ ਫਿਰ ਜਿਹੜਾ ਉਹਨੂੰ ਰੋਕਣ ਵਾਸਤੇ ਟੀਕੇ ਚਾਹੀਦੇ ਹੈਗੇ ਆ ਉਹ ਸਟਾਫ ਨਰਸ ਜਾਂ ਏ ਐਨ ਐਮ ਸਾਡੀ ਜਿਹੜੀ ਆ ਜਿੰਨੇ ਵੈਕਸੀਨੇਸ਼ਨ ਕਰਨਾ ਉਹਦੇ ਕੋਲ ਹੀ ਪਏ ਹੋਣਗੇ ਕਿ ਵਿਦਨ ਮਿੰਟ ਉਹ ਟੀਕਾ ਜਿਹੜਾ ਅਸੀਂ ਉਹਨੂੰ ਲਾ ਕੇ ਉਹਦਾ ਸਾਈਡ ਇਫੈਕਟ ਰੁਕ ਸਕੇ ਜਿਹਨੂੰ ਕਿ ਕਹਿੰਦੇ ਐਨਾਫਾਇਲੈਕਟਿਕ ਰੈਕਸ਼ਨ ਕਿ ਉਹਨੂੰ ਐਨਫੀਲੈਕਸਿਸ ਹੋ ਗਿਆ ਐਨਾਫਿਲੈਕਸਿਸ ਜਿਹੜਾ ਹੁੰਦਾ ਉਹ ਬਹੁਤ ਸਵੀਅਰ ਹੋ ਜਾਂਦਾ ਕਈ ਵਾਰੀ ਜਿਹਦੇ ਨਾਲ ਕਿ ਬੰਦੇ ਦੀ ਮੌਤ ਵੀ ਹੋ ਸਕਦੀ ਪਰ ਹਜੇ ਤੱਕ ਸਾਡੇ ਕੋਲ ਕੋਈ ਇਦਾਂ ਦੀ ਰਿਪੋਰਟ ਨਹੀਂ ਆਈ ਪਰ ਅਸੀਂ ਪ੍ਰੋਕਾਸ਼ਨ ਪੂਰੀਆਂ ਲੈ ਰਹੇ ਹਾਂ ਉਹਦੇ ਵਾਸਤੇ ਜੀ ਤੇ ਡਾਕਟਰ ਸਾਹਿਬ ਬੜੇ ਸਾਰੇ ਜਿਹੜੇ ਲੋਕ ਹੈ ਉਹਨਾਂ ਦੇ ਮਨ ਦੇ ਵਿੱਚ ਇੱਕ ਸਵਾਲ ਹੈ ਉਹ ਸਵਾਲ ਇਹ ਹੈ ਕਿ ਮੈਂ ਜੇ ਕਰੋਨਾ ਵੈਕਸੀਨ ਲਈ ਹੈ ਤੇ ਕੀ ਗਾਰੰਟੀ ਹੈ ਕਿ ਮੈਨੂੰ ਕਰੋਨਾ ਨਹੀਂ ਹੋਏਗਾ ਜਿਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪਹਿਲੇ ਟੀਕੇ ਤੋਂ ਲੈ ਕੇ ਦੂਸਰੇ ਟੀਕੇ ਤੱਕ ਪਲੱਸ ਉਹ ਤੋਂ 2 ਹਫ਼ਤੇ ਅੱਗੇ ਲੱਗਣਗੇ ਐਂਟੀਬਾਡੀਜ਼ ਬਣਨ। ਸੋ ਜਦੋਂ ਐਂਟੀਬਾਡੀਜ਼ ਬਣ ਗਈਆਂ ਫਿਰ ਇੱਕ ਟਾਈਮ ਹੁੰਦਾ ਹਰ ਵੈਕਸੀਨ ਦਾ ਟਾਈਮ ਹੁੰਦਾ ਕਿ ਇਹ 6 ਦਾ ਅਕਸਰ 6 ਮਹੀਨੇ ਤੱਕ ਰਹੂਗਾ ਜਾਂ 1 ਸਾਲ ਤੱਕ ਰਹੂਗਾ ਜਾਂ 2 ਸਾਲ ਤੱਕ ਰਹੂਗਾ। ਠੀਕ ਹੈ। ਉਹ ਉਹਨੇ ਟਾਈਮ ਤੱਕ ਉਹਦਾ ਅਸਰ ਜਿੰਨੇ ਤੱਕ ਉਹਨੇ ਚੱਕ ਉਹਨੂੰ ਕਰੋਨਾ ਜੀ ਨਹੀਂ ਹੋ ਸਕਦਾ। ਸੋ ਸਾਡੇ ਪਹਿਲਾਂ ਸਾਡੇ ਕੋਲ ਸਵਾਈਨ ਫਲੂ ਬਿਮਾਰੀ ਚੱਲਦੀ ਆ ऑलरेडी। ਜੀ ਸਵਾਈਨ ਫਲੂ ਬਿਮਾਰੀ ਵੀ ਕਰੋਨਾ ਵਾਂਗੂ ਹੀ ਸੀ ਉਹਦੇ ਵਿੱਚ ਜਦੋਂ ਵੀ ਪੇਸ਼ੈਂਟ ਸਾਡੇ ਕੋਲ ਐਮਰਜੈਂਸੀ 'ਚ ਆਉਂਦਾ ਸੀ ਤੇ ਬੜੀ ਸੀਰੀਅਸ ਹਾਲ 'ਚ ਸਾਹ ਦੀ ਪ੍ਰੋਬਲਮ ਤੇ ਹੋਰ ਸੀਰੀਅਸ ਕੰਡੀਸ਼ਨ ਹੁੰਦੀ ਸੀ ਸੋ ਉਹਨਾਂ ਪੇਸ਼ੈਂਟ ਦੇ ਵਿੱਚ ਜਿਹੜਾ ਉਹਨੂੰ ਅਟੈਂਡ ਕਰਦਾ ਉਹਨੂੰ ਵੀ ਸਵਾਈਨ ਫਲੂ ਹੋ ਸਕਦਾ ਸੀਗਾ ਸੋ ਮੈਂ ਆਪ ਐਮਰਜੈਂਸੀ 'ਚ ਡਿਊਟੀਆਂ ਕਰਦਾ ਰਿਹਾ ਪਹਿਲਾਂ ਜੀ ਸੋ ਸਾਡੇ ਡਾਕਟਰਸ ਦੇ ਤੇ ਸਟਾਫ ਜਿੰਨਾ ਸਾਡਾ ਔਨ ਡਿਊਟੀ ਐਮਰਜੈਂਸੀ 'ਚ ਹੁੰਦਾ ਸੀ ਉਹਨਾਂ ਦੇ ਸਵਾਈਨ ਫਲੂ ਦਾ ਇੰਜੈਕਸ਼ਨ ਹਰ ਸਾਲ ਲੱਗਦਾ ਸੀ ਜੀ ਸੋ ਇਸ ਕਰਕੇ ਇਹ ਇੰਜੈਕਸ਼ਨ ਕਰੋਨਾ ਦਾ ਵੀ ਹੋ ਸਕਦਾ ਕਿ ਇਹ ਦੁਬਾਰਾ ਰਿਪੀਟ ਕਰਨਾ ਪਵੇ ਸਾਲ ਜਾਂ ਦੋ ਸਾਲ ਬਾਅਦ ਉਹ ਹਜੇ ਸਾਡੇ ਕੋਲ ਜਿੱਦਾਂ ਵੀ ਸਰਕਾਰ ਵੱਲੋਂ ਗਾਈਡਲਾਈਨਸ ਆਣ ਗਈਆਂ ਅਸੀਂ ਪਬਲਿਕ ਨੂੰ ਸਾਰੀਆਂ ਦੱਸਾਂਗੇ ਸਾਰੀ ਜਿਹੜੇ ਪ੍ਰਬੰਧ ਨੇ ਉਹ ਵਧੀਆ ਤਰੀਕੇ ਦੇ ਨਾਲ ਤੁਸੀਂ ਦੱਸ ਰਹੇ ਹੋ ਵੀ ਸਰਕਾਰੀ ਲੈਵਲ ਦੇ ਉੱਤੇ ਚੱਲ ਰਹੇ ਨੇ ਲੇਕਿਨ ਜੇ ਆਮ ਲੋਕਾਂ ਨੇ ਇਹ ਵੈਕਸੀਨੇਸ਼ਨ ਲਗਵਾਣੀ ਹੋਵੇ ਉਹਨਾਂ ਦੀ ਰਜਿਸਟ੍ਰੇਸ਼ਨ ਕਿਵੇਂ ਹੋ ਸਕਦੀ ਹੈ ਜਾਂ ਉਹਨਾਂ ਨੂੰ ਕਿਹੜੇ-ਕਿਹੜੇ ਡਾਕੂਮੈਂਟਸ ਦੇਣੇ ਪੈਣਗੇ ਆਪਣੀ ਹਾਂਜੀ ਇਹ 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 ਆਮ ਲੋਕਾਂ ਲਈ ਇਹ ਬਹੁਤ ਅੱਛੀ ਗੱਲ ਹੈਗੀ ਆ ਕਿ ਸਰਕਾਰ ਨੇ ਹੁਣ ਵੈਕਸੀਨੇਸ਼ਨ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਪਹਿਲਾਂ ਹੈਲਥ ਵਰਕਰਸ ਤੇ ਫਰੰਟਲਾਈਨ ਵਰਕਰਸ ਦਾ ਜਿਹੜਾ ਡਾਟਾ ਹੈਗਾ ਉਹ ਉਹਨਾਂ ਦੇ ਡਿਪਾਰਟਮੈਂਟ ਵੱਲੋਂ ਅਪਲੋਡ ਕਰ ਕੀਤਾ ਜਾ ਰਿਹਾ ਕੋਵਿਨ ਸਾਈਟ ਦੇ ਉੱਤੇ ਐਪ ਤੇ ਹਮ ਹਮ ਪਰ ਜਦੋਂ ਇਹ ਹੋਰ ਆਉਣ ਵਾਲੇ 2-3 ਮਹੀਨੇ ਬਾਅਦ ਇਹ ਆਮ ਪਬਲਿਕ ਲਈ ਐਪ ਖੋਲ ਦਿੱਤੀ ਜਾਵੇਗੀ ਜੋ ਸਾਡੇ ਕੋਲ ਹਜੇ ਤੱਕ ਸਰਕਾਰ ਵੱਲੋਂ ਆਦੇਸ਼ ਆਗੇ ਤੇ ਜਿਹਦੇ ਚ ਕੋਈ ਵੀ ਵਿਅਕਤੀ ਆਪਣੀ ਅਪਲੋਡ ਕਰ ਸਕਦਾ ਹੈਗਾ ਜੀ ਸਾਡੇ ਸਕਰੀਨ ਦੇ ਉੱਤੇ ਵੀ ਕੋਵਿਡ ਐਪ ਹੈਲਪਲਾਈਨ ਨੰਬਰ ਜਿਹੜਾ ਉਹ ਦਿੱਤਾ ਜਾ ਰਿਹਾ ਹਾਂਜੀ ਹਾਂਜੀ ਇਹ ਕਿਸੇ ਤਰ੍ਹਾਂ ਦੀ ਵੀ ਕਿਸੇ ਮਰੀਜ਼ ਨੇ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਕਿਸੇ ਤਰ੍ਹਾਂ ਦੀ ਜਾਂ ਕੋਈ ਕੋਵਿਡ ਬਾਰੇ ਜਾਂ ਵੈਕਸੀਨ ਬਾਰੇ ਪੁੱਛਣਾ ਹੋਵੇ ਤੇ 104 ਨੰਬਰ ਤੇ ਆਪਣੀ ਰਾਏ ਜਾਂ ਲੈ ਸਕਦਾ ਉਹਨਾਂ ਕੋਲੋਂ ਡਾਕਟਰ ਸਾਡੇ ਅਵੇਲੇਬਲ ਹੁੰਦੇ ਉੱਥੇ ਜੀ ਤੇ ਡਾਕਟਰ ਜਿਹੜੇ ਸਾਡੇ ਮੀਡਲ ਕਲਾਸ ਲੋਕ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਸਵਾਲ ਆ ਰਿਹਾ ਹੈ ਕਿ ਜਿਹੜੇ ਲੋਕ ਤਾਂ ਇਸ ਵੈਕਸੀਨ ਨੂੰ ਅਫੋਰਡ ਕਰ ਸਕਦੇ ਨੇ ਉਹ ਤਾਂ ਇਹ ਵੈਕਸੀਨ ਲਗਵਾ ਲੈਣਗੇ ਤੇ ਜਿਹੜੇ ਨਹੀਂ ਕਰ ਸਕਦੇ ਉਹ ਕੀ ਕਰਨਗੇ ਮਤਲਬ ਇਹ ਵੈਕਸੀਨ ਲਈ ਕਿੰਨੇ ਪੈਸੇ ਖਰਚਨੇ ਪੈਣਗੇ ਕੀ ਪੇਮੈਂਟ ਹੈ ਤੇ ਇਹਦੇ ਬਾਰੇ ਜ਼ਰੂਰ ਤੁਹਾਡੇ ਤੋਂ ਜਾਣਾਂਗੇ ਹਾਂ ਜਿੱਦਾਂ ਤੁਸੀਂ ਪਹਿਲਾਂ ਹੀ ਪੁੱਛਿਆ ਸੀ ਕਿ ਇਹਨੂੰ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ ਆਨਲਾਈਨ ਹੋਣੀ ਹੈਗੀ ਆ ਆਨਲਾਈਨ ਰਜਿਸਟ੍ਰੇਸ਼ਨ ਲਈ ਤੁਹਾਨੂੰ ਪਹਿਲਾਂ ਸਰਕਾਰ ਨੇ ਸਿਰਫ ਆਧਾਰ ਕਾਰਡ ਰੱਖਿਆ ਸੀਗਾ ਜਿਹਦੇ ਵਿੱਚ ਉਹਦਾ ਨੰਬਰ ਫੀਡ ਕਰਕੇ ਤੁਹਾਨੂੰ OTP ਵਗੈਰਾ ਵੀ ਆਂਦਾ ਸੀ ਫਿਰ ਉਹਨੂੰ ਚੇਂਜ ਕਰ ਦਿੱਤਾ ਹੁਣ ਕੋਈ ਵੀ ਤੁਹਾਡੇ ਕੋਲ ਆਇਡੈਂਟੀਟੀ ਹੈਗੀ ਆ ਉਹ ਯੂਜ਼ ਕੀਤੀ ਜਾ ਸਕਦੀ ਆ ਪੈਨ ਕਾਰਡ ਤੁਹਾਡਾ ਸਰਕਾਰੀ ਕੋਈ ਆਈ ਕਾਰਡ ਹੈਗਾ ਆ ਤੇ ਜਿਹੜਾ ਬੈਂਕ ਦੀ ਕਾਪੀ ਕਾਫੀ ਉਹਨਾਂ ਨੇ ਕੀਤਾ ਹੈਗਾ ਸੋ ਉਹਨਾਂ ਨੂੰ ਕਰਕੇ ਆਪਾਂ ਰਜਿਸਟ੍ਰੇਸ਼ਨ ਕਰਵਾ ਸਕਦੇ ਆ ਸੋ ਹਜੇ ਤੱਕ ਸਾਡੇ ਕੋਲ ਜਿਹੜਾ ਹੁਣ ਪਹਿਲੀ ਜਿਹੜੀ ਵੈਕਸੀਨ ਦੀ ਖੇਪ ਹੈਗੀ ਆ ਉਹ ਅੱਜ ਸ਼ਾਮ ਤੱਕ ਪਹੁੰਚ ਜਾਵੇਗੀ ਜਲੰਧਰ ਜੀ ਸੋ ਉਹ ਸਾਡੇ ਕੋਲ ਫ੍ਰੀ ਹੈ ਹਜੇ ਤੱਕ ਹਜੇ ਤੱਕ ਸਰਕਾਰ ਵੱਲੋਂ ਕੋਈ ਰੇਟ ਨਹੀਂ ਰੱਖਿਆ ਕਿਸੇ ਦਾ ਅਜੇ ਫ੍ਰੀ ਲਗਾਉਣ ਦਾ ਹੈ ਬਿਲਕੁਲ ਫ੍ਰੀ ਜਿਹੜਾ ਹੈ ਉਹ ਕੋਵਿਡ 19 ਦਾ ਇੰਜੈਕਸ਼ਨ ਹੈ ਉਹ ਲੋਕਾਂ ਤੱਕ ਪਹੁੰਚੇਗਾ ਤੇ ਜਿਹੜੀਆਂ ਐਂਟੀਬਾਡੀਜ਼ ਬਣਦੀਆਂ ਨੇ ਉਹ ਸਾਡੇ ਅਗਰ ਤੁਸੀਂ ਦੱਸ ਸਕੋ ਥੋੜਾ ਜਿਹਾ ਵਿਸਤਾਰ ਦੇ ਵਿੱਚ ਇਹ ਕਿਸ ਤਰੀਕੇ ਨਾਲ ਕੰਮ ਕਰਦੀਆਂ ਨੇ ਕਿਉਂਕਿ ਇਮਿਊਨਿਟੀ ਦੇ ਨਾਲ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਸੰਬੰਧਿਤ ਹੈ ਜੇ ਅਸੀਂ ਕੋਵਿਡ ਦੀ ਗੱਲ ਕਰੀਏ ਤੇ ਕੀ ਅਸੀਂ ਖੁਰਾਕ ਦਾ ਵੀ ਆਪਣਾ ਧਿਆਨ ਰੱਖੀਏ ਕਿ ਸਾਡੀ ਜਿਹੜੀ ਇਮਿਊਨਿਟੀ ਹੈ ਉਹ ਵੀ ਬਰਕਰਾਰ ਰਹੇ ਤੇ ਜਿਹੜੀ ਸਾਡੀ ਵੈਕਸੀਨੇਸ਼ਨ ਹੈ ਇਹ ਵੀ ਇਮਿਊਨਿਟੀ ਦੇ ਉੱਤੇ ਕੰਮ ਕਰਦੀ ਹੈ ਜਾਂ ਕਿਵੇਂ ਕੰਮ ਕਰਦੀ ਹੈ ਹਾਂ ਦੇਖੋ ਇਹ ਜਦੋਂ ਕੋਵਿਡ ਚੱਲ ਰਿਹਾ ਸੀਗਾ ਉਸ ਟਾਈਮ ਵੀ ਇਹ ਸਾਰੀਆਂ ਗੱਲਾਂ ਦੱਸੀਆਂ ਗਈਆਂ ਸੀਗੀਆਂ ਪਬਲਿਕ ਨੂੰ ਪੇਪਰਸ ਦੇ ਵਿੱਚ ਵੀ ਤੁਹਾਡੇ ਮਾਧਿਅਮ ਵੱਲੋਂ ਵੀ ਕਿ ਆਪਣੀ ਡਾਈਟ ਜਿਹੜੀ ਆ ਬਹੁਤ ਅੱਛੀ ਰੱਖਣੀ ਚਾਹੀਦੀ ਆ ਜਿਹਦੇ ਵਿੱਚ ਹਰੀਆਂ ਸਬਜ਼ੀਆਂ ਹੋ ਗਈਆਂ ਠੀਕ ਆ ਤੇ ਜਿੰਨੇ ਵੀ ਆਪਾਂ ਸਿਹਤ ਨੂੰ ਵਧੀਆ ਰੱਖਣ ਲਈ ਐਕਸਰਸਾਈਜ਼ ਵਗੈਰਾ ਜਿਹੜੀ ਟਾਈਮ ਸ਼ੇਅਰ ਕਰਨੀ ਹੈਗੀ ਆ ਵਿਟਾਮਿਨ ਸੀ ਜਿਹੜੀ ਗੋਲੀ ਹੈਗੀ ਆ ਉਹ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ ਵਿਟਾਮਿਨ ਡੀ ਦਿੱਤੀ ਜਾਂਦੀ ਸੀਗੀ ਸੋ ਇਹਨਾਂ ਨਾਲ ਸਾਰਿਆਂ ਨਾਲ ਸਾਡੀ ਇਮਿਊਨਿਟੀ ਵਾਧੀ ਹੈਗੀ ਹੈ ਇਮਿਊਨਿਟੀ ਚ ਇਹ ਹੁੰਦਾ ਕਿ ਜਿਹੜੇ ਸਾਡੇ ਸੈਲਸ ਹੈਗੇ ਆ ਸਰੀਰ ਦੇ ਅੰਦਰ ਬਣਦੇ ਹੈਗੇ ਆ ਉਹ ਕੋਈ ਵੀ ਬਿਮਾਰੀ ਆ ਉਹਨਾਂ ਨਾਲ ਲੜਨ ਦੀ ਤਾਕਤ ਜਿਹੜੀ ਹੈਗੀ ਆ ਬਣਦੀ ਹੈਗੀ ਆ ਉਹ ਫਿਰ ਉਸ ਵਾਇਰਸ ਨੂੰ ਜਾਂ ਬੈਕਟੀਰੀਆ ਨੂੰ ਕਿਲ ਕਰ ਦਿੰਦੇ ਆ ਮਾਰ ਦਿੰਦੇ ਆ ਤੇ ਤਾਂ ਹੀ ਆਪਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖੀਏ ਤਾਂ ਤਾਂ ਹੀ ਉਹ ਤੋਂ ਬਚ ਸਕਦੇ ਆ ਸੋ ਬੈਟਰ ਆ ਕਿ ਆਪਣੀ ਡਾਈਟ ਜਿਹੜੀ ਆ ਉਹ ਪ੍ਰੋਪਰ ਰੱਖਣੀ ਚਾਹੀਦੀ ਹੈ ਸਾਰਿਆਂ ਨੂੰ ਜੀ ਬਿਲਕੁਲ ਜੀ ਗੱਲ ਹੈ ਡਾਈਟ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਸਾਡੀ ਇਮਿਊਨਿਟੀ ਸਟਰੋਂਗ ਹੋਏਗੀ ਤਾਂ ਹੀ ਅਸੀਂ ਕੋਵਿਡ 19 ਦੀ ਜਿਹੜੀ ਬਿਮਾਰੀ ਹੈ ਉਹਦਾ ਡਟ ਕੇ ਸਾਹਮਣਾ ਕਰ ਸਕਦੇ ਆ ਤੇ ਇਹਦੇ ਨਾਲ ਹੀ ਡਾਈਟ ਦੀ ਅਸੀਂ ਗੱਲ ਕਰ ਰਹੇ ਹਾਂ ਇਮਿਊਨਿਟੀ ਸਟਰੋਂਗ ਕਰਨ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਹੋਰ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਦੱਸਣਾ ਚਾਹੋਗੇ ਕਿ ਕਿਸ ਤਰ੍ਹਾਂ ਅਸੀਂ ਇਹ ਕੋਵਿਡ-19 ਤੋਂ ਆਪਣਾ ਬਚਾਅ ਕਰ ਸਕਦੇ ਹਾਂ ਵੈਕਸੀਨੇਸ਼ਨ ਤੋਂ ਬਾਅਦ ਵੀ ਅਹ ਦੇਖੋ ਜੀ ਹੁਣ ਤਾਂ ਜਿਹੜੀ 16 ਤਰੀਕ ਨੂੰ ਵੈਕਸੀਨ ਜਿਹੜੀ ਅਸੀਂ ਉਹਦੇ ਤੇ ਬਹੁਤ ਸਾਡਾ ਜ਼ੋਰ ਲੱਗਾ ਸਰਕਾਰ ਦਾ ਸਾਰੇ ਸਾਡੇ ਜਿੰਨੇ ਵੀ ਮੁਲਾਜ਼ਮ ਹੈਗੇ ਆ ਉਸੇ ਪਾਸੇ ਲੱਗੇ ਆ ਅਸੀਂ ਤਕਰੀਬਨ 29 ਸਾਈਟਸ ਬਣਾਈਆਂ ਹੈਗੀਆਂ ਜਲੰਧਰ ਚ ਜਿਨ੍ਹਾਂ ਚੋਂ 16 ਸਾਡ ਨੂੰ ਪ੍ਰਾਈਵੇਟ ਹਸਪੀਟਲਸ ਵਾਲਿਆਂ ਨੇ ਸਹਿਯੋਗ ਦਿੱਤਾ ਹੈ ਜਿਹੜੇ ਵੱਡੇ ਜਿਹਨੇ ਵੀ ਵੱਡੇ ਹਸਪੀਟਲ ਹੈਗੇ ਆ ਉਹਨਾਂ ਦੇ ਵਿੱਚ ਕਿਉਂਕਿ ਉਹਨਾਂ ਦੇ ਮੁਲਾਜ਼ਮ ਕਾਫੀ ਜ਼ਿਆਦਾ ਸੀਗੇ ਤੋਂ ਅਸੀਂ 16 ਸਾਈਟਸ ਉੱਥੇ ਬਣਾਈਆਂ ਉੱਥੇ ਵੈਕਸੀਨੇਸ਼ਨ ਕਰਾਂਗੇ 13 ਸਾਈਟ ਸਾਡੀਆਂ ਸਰਕਾਰੀ ਅਦਾਰਿਆਂ ਚ ਹੈਗੀਆਂ ਸੋ ਸਾਰੀ ਵੈਕਸੀਨੇਸ਼ਨ ਦਾ ਕੰਮ ਕਰਾਂਗੇ ਤੇ ਪਬਲਿਕ ਨੂੰ ਮੇਰੀ ਤਾਂ ਇਹ ਹੀ ਰਾਏ ਹੈਗੀ ਆ ਕਿ ਕੋਵਿਡ ਹਜੇ ਚੱਲ ਰਿਹਾ ਹੈਗਾ ਸੋ ਜਿਹੜੀਆਂ ਅਸੀਂ ਪ੍ਰਕੌਸ਼ਨਸ ਪਹਿਲਾਂ ਲੈਂਦੇ ਸੀ ਉਹੋ ਹੀ ਲੈਣੀਆਂ ਹੈਗੀਆਂ ਇਹ ਆਪਣੇ ਆਪ ਨੂੰ ਇਹ ਨਹੀਂ ਸਮਝਣਾ ਕਿ ਹੁਣ ਸਾਡੀ ਰਿਕਵਰੀ ਜ਼ਿਆਦਾ ਹੋ ਗਈ ਜਾਂ ਹੁਣ ਕੇਸ ਘਟਣੇ ਲੱਗ ਗਏ ਆ ਹੁਣ ਡੈਥਸ ਘਟ ਹੋ ਰਹੀਆਂ ਤੇ ਇਹਦਾ ਮਤਲਬ ਕੋਵਿਡ ਖਤਮ ਹੋ ਗਿਆ ਕੋਵਿਡ ਖਤਮ ਨਹੀਂ ਹੋਇਆ ਕੋਵਿਡ ਹਜੇ ਸਾਡੇ ਸਮਾਜ ਜਿਹੜੀ ਸੁਸਾਇਟੀ ਆ ਜਾਂ ਸਾਡੇ ਇਹਦੇ ਵਿੱਚ ਪੂਰਾ ਚੱਲ ਰਿਹਾ ਹੈਗਾ ਉਦੋਂ ਜੀ ਬਿਲਕੁਲ ਤੇ ਕੁਝ ਏਜ ਲਿਮਿਟ ਵੀ ਡਾਕਟਰ ਸਾਹਿਬ ਨੇ ਧਾਰਿਤ ਕੀਤੀ ਗਈ ਹੈ ਕਿ ਇਸ ਏਜ ਲਿਮਿਟ ਤੋਂ ਉੱਪਰ ਹੀ ਕਰੋਨਾ ਵੈਕਸੀਨ ਜਿਹੜੀ ਆ ਉਹ ਦਿੱਤੀ ਜਾਏਗੀ ਜਾਂ ਬੱਚਿਆਂ ਨੂੰ ਨਹੀਂ ਦਿੱਤੀ ਜਾਏਗੀ ਇਹਦੇ ਲਈ ਕੀ ਗਾਈਡਲਾਈਨਸ ਨੇ ਹਜੇ ਸਾਡੇ ਕੋਲ ਜਿਹੜੀ ਹੈਗੇ ਆਈਆਂ ਗਾਈਡਲਾਈਨਸ ਕਿ 18 ਸਾਲ ਤੋਂ ਉੱਪਰ ਜਿੰਨੇ ਸਾਡੇ ਹੈਲਥ ਵਰਕਰਸ ਹੈਗੇ ਆ ਅਸੀਂ ਉਹਨਾਂ ਨੂੰ ਵੈਕਸੀਨ ਦੇ ਰਹੇ ਆ ਉਹ ਤੋਂ ਬਾਅਦ ਹਜੇ ਉਹ ਤੋਂ ਛੋਟੇ ਜਿਹੜੇ ਹੈਗੇ ਜਦੋਂ ਆਮ ਪਬਲਿਕ ਚ ਵੈਕਸੀਨ ਆਊਗੀ ਦੋ ਇੱਕ ਦੋ ਮਹੀਨੇ ਬਾਅਦ ਜੋ ਸਰਕਾਰ ਦੇਸ਼ ਕਰੂਗੀ ਫਿਰ ਉਹ ਸਾਬਨਾ ਸਿੰਘ ਸਰਬ ਇੱਕ ਬੜੀ ਅਹਿਮ ਗੱਲ ਹੈ ਕਿ ਸਾਰੇ ਆਪਣੇ ਬੱਚਿਆਂ ਦੀ ਖਾਸ ਤੌਰ ਦੇਤੇ ਉਹ ਚੇਤੇ ਤੌਰ ਦੇਤੇ ਬੱਚਿਆਂ ਦਾ ਬਹੁਤ ਧਿਆਨ ਰੱਖਦੇ ਆ ਜੀ ਤਾਂ ਵਿਟਾਮਿਨ ਸੀ ਵਗੈਰਾ ਜਾਂ ਡੀ ਤੁਸੀਂ ਜੋ ਵੀ ਹਦਾਇਤਾਂ ਦਿੱਤੀਆਂ ਨੇ ਉਹ ਤਾਂ ਸਾਨੂੰ ਸਮਝ ਆਉਂਦੀਆਂ ਨੇ ਲੇਕਿਨ ਬੱਚਿਆਂ ਦੇ ਲਈ ਕੀ ਐਸੀਆਂ ਖਾਸ ਜਿਹੜੀਆਂ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਨੇ ਕਿਉਂਕਿ ਉਹਨਾਂ ਲਈ ਵੈਕਸੀਨ ਵੀ ਨਹੀਂ ਹਜੇ ਤੁਸੀਂ ਦੱਸਿਆ ਵੀ ਨਹੀਂ ਆਈ ਹੈਗੀ ਤਾਂ ਉੱਥੇ ਅਸੀਂ ਕਿਵੇਂ ਕੰਮ ਕਰ ਸਕਦੇ ਤੇ ਨਾਲੇ ਇਹ ਵੀ ਹੈ ਨਾ ਛੋਟੇ ਬੱਚੇ ਅਨਮੋਲ ਜਿਹੜੇ ਉਹ ਮਾਸਕ ਦਾ ਵੀ ਇਸਤੇਮਾਲ ਪੂਰੀ ਤਰ੍ਹਾਂ ਨਹੀਂ ਕਰ ਸਕਦੇ ਉਹ ਡਿਸਟੈਂਸਿੰਗ ਵੀ ਉਹਨਾਂ ਕੋਲੋਂ ਜਿਹੜੀ 2 ਗੱਜ ਦੀ ਦੂਰੀ ਹੈ ਉਹ ਵੀ ਜਿਹੜੇ ਸਾਡੇ ਜਿੰਨੇ ਵੀ ਪੇਸ਼ੈਂਟ ਸੀਗੇ ਵੱਡੇ ਮਰੀਜ਼ ਆਉਂਦੇ ਸੀ ਉਹ ਪੰਜਾਬ ਸਰਕਾਰ ਵੱਲੋਂ ਇੱਕ ਫਟੇ ਕਿਟ ਬਣਾਈ ਗਈ ਸੀ ਜਿਹਦੇ ਵਿੱਚ ਇਹ ਉਹਨਾਂ ਲਈ ਤਾਂ ਪੂਰਾ ਇੰਤਜ਼ਾਮ ਸਿਗਾ ਉਹਦੇ ਵਿੱਚ ਜੋ ਵੀ ਦਵਾਈਆਂ ਚਾਹੀਦੀਆਂ ਹੈਗੀਆਂ ਜੋ ਪ੍ਰਕੌਸ਼ਨਸ ਲੈਣੀਆਂ ਮਾਸਕ ਸੈਨੀਟਾਈਜ਼ਰ ਹਰ ਇੱਕ ਚੀਜ਼ ਉਹਦੇ ਚ ਸਰਕਾਰ ਵੱਲੋਂ ਪ੍ਰੋਵਾਈਡ ਫ੍ਰੀ ਕੀਤੀ ਜਾਂਦੀ ਸੀਗੀ ਕਿਸੇ ਵੀ ਪੇਸ਼ੈਂਟ ਨੂੰ ਆਉਂਦਾ ਸੀਗਾ ਤੇ ਉਹਦੀ ਇਨਫੋਰਮੇਸ਼ਨ ਸਾਡੇ ਆਫਿਸ ਆ ਜਾਂਦੀ ਸੀ ਸਾਡੇ ਮੁਲਾਜ਼ਮ ਉਹਦੇ ਘਰ ਜਾ ਕੇ ਉਹਨੂੰ ਪ੍ਰੋਪਰ ਸਾਰੀ ਕਿੱਟ ਦੇ ਕੇ ਆਂਦੇ ਸੀ ਤੇ ਸਮਝਾ ਕੇ ਆਂਦੇ ਸੀ ਕਿ ਭਾਈ ਇਹ ਦਵਾਈ ਇਹਦਾ ਇਹਦਾ ਖਾਣੀ ਆ ਹੁਣ ਰਹੀ ਛੋਟੇ ਬੱਚਿਆਂ ਦੀ ਗੱਲ ਛੋਟੇ ਬੱਚੇ ਜਿਹੜੇ ਹੁੰਦੇ ਉਹਨਾਂ ਚ ਇਮਿਊਨਿਟੀ ਪਹਿਲਾਂ ਵੱਡਿਆਂ ਨਾਲੋਂ ਜ਼ਿਆਦਾ ਹੁੰਦੀ ਆ ਮਾਂ ਦਾ ਦੁੱਧ ਪੀਂਦੇ ਜਿਹੜੇ ਬੱਚੇ ਉਹਨਾਂ ਚ ਇਮਿਊਨਿਟੀ ਐਂਟੀਬਾਡੀਜ਼ ਪਹਿਲਾਂ ਹੀ ਕੰਪੈਰੀਟਿਵਲੀ ਵੱਡਿਆਂ ਨਾਲੋਂ ਜ਼ਿਆਦਾ ਹੁੰਦੀਆਂ ਸੋ ਉਹਨਾਂ ਦਾ ਤਾਂ ਸਿਰਫ ਇਹ ਹੀ ਆ ਕਿ ਅਸੀਂ ਆਮ ਬਾਹਰ ਪਬਲਿਕ 'ਚ ਉਹਨਾਂ ਨੂੰ ਨਾ ਤੇ ਜੇ ਉਹ ਕਰ ਰਹੇ ਨੇ ਤਾਂ ਉਹ ਸੇਫ ਆ ਉਹਨਾਂ ਨੂੰ ਇੰਨੇ ਡਰਨ ਦੀ ਲੋੜ ਨਹੀਂ ਬਿਲਕੁਲ ਠੀਕ ਗੱਲ ਹੈ ਤੇ ਜਿਸ ਵੇਲੇ ਕਰੋਨਾ ਮਹਾਮਾਰੀ ਆਈ ਸੀ ਉਸ ਵੇਲੇ ਸਰਕਾਰ ਵੱਲੋਂ ਬਹੁਤ سارے ਕਦਮ ਚੁੱਕੇ ਗਏ ਉਹਦੇ ਵਿੱਚੋਂ ਇੱਕ ਸੀ ਆਰੋਗ્ય ਸੇਤੂ ਆਰੋਗ્ય ਸੇਤੂ ਐਪ ਦੇ ਨਾਲ ਸਾਨੂੰ ਬਹੁਤ ਮਦਦ ਮਿਲੀ ਕਰੋਨਾ ਨੂੰ ਸਮਝਣ ਦੇ ਵਿੱਚ ਬਹੁਤ ਮਦਦ ਮਿਲੀ ਤੇ ਸਰਕਾਰ ਵੱਲੋਂ ਜਿਹੜੀ ਗਾਈਡਲਾਈਨਸ ਦਿੱਤੀਆਂ ਗਈਆਂ ਜਿਹੜੀ ਹਦਾਇਤਾਂ ਸੀ ਉਹ ਵੀ ਸਾਡੇ ਤੱਕ ਪਹੁੰਚੀਆਂ ਹੋਨੋ ਐਪ ਜਿਹੜਾ ਹੈ ਸਾਡੀ ਸਮਝ ਦੇ ਵਿੱਚ ਆ ਚੁੱਕਿਆ। ਇਸੇ ਤਰ੍ਹਾਂ ਕੋਵਨ ਐਪ ਜਿਹੜਾ ਹੈ ਹੁਣ ਨਵਾਂ ਆ ਰਿਹਾ ਹੈ। ਇਹਦੇ ਬਾਰੇ ਵੀ ਥੋੜੀ ਜੀ ਜਾਣਕਾਰੀ ਦਿਓ ਕਿ ਇਹ ਕਿਸ ਤਰ੍ਹਾਂ ਕੰਮ ਕਰੇਗਾ। ਨਹੀਂ ਕੋਵਨ ਐਪ ਵੀ ਸੇਮ ਜਿਹੜਾ ਹੈਗਾ ਇਹਦੇ 'ਚ ਜਦੋਂ ਉਹਨੂੰ ਤੁਸੀਂ ਐਪ ਨੂੰ ਖੋਲਣਾ ਹੈਗਾ ਤੇ ਉਹਦੇ ਵਿੱਚ ਉਹਨੇ ਤੁਹਾਡੇ ਕੋਲ ਜਿੱਦਾਂ ਜਿੱਦਾਂ ਡਾਟਾ ਮੰਗਣਾ ਹੈਗਾ ਕਿ ਆਪਣੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਉਹਦਾ ਨਾਮ, ਐਡਰੈਸ, ਡੇਟ ਆਫ ਬਰਥ ਤੇ ਬਾਕੀ ਜਿਹੜੇ ਡਾਕੂਮੈਂਟਸ ਤੁਸੀਂ ਲੋਡ ਕਰਨਾ ਚਾਹੁੰਦੇ ਹੋ ਉਹਦੇ ਤੇ ਕਿ ਉਹ ਉਹਦੀ ਪੂਰੀ ਜਾਣਕਾਰੀ ਉਹਦੇ ਵਿੱਚ ਫੀਡ ਕਰ ਦੋਗੇ ਤੇ ਉਹ ਆਪਣੇ ਆਪ ਫਿਰ ਜਦੋਂ ਵੈਕਸੀਨੇਸ਼ਨ ਹੋਣੀ ਆ ਤੇ ਉਹ ਜਿਹੜਾ ਤੁਸੀਂ ਫੋਨ ਨੰਬਰ ਉਹਦੇ ਵਿੱਚ ਫੀਡ ਕਰੂਗਾ ਆਪਸਨ ਉਸ ਫੋਨ ਨੰਬਰ ਤੇ ਮੈਸੇਜ ਆਊਗਾ ਜੀ ਤੇ ਜਿੱਥੇ ਵੀ ਵੈਕਸੀਨੇਸ਼ਨ ਉਹ ਲਗਾਉਣ ਜਾਗੋ ਉਹਨੂੰ ਉਹ ਫੋਨ ਜਿਹੜਾ ਮੈਸੇਜ ਆ ਉਹਦੇ ਵਿੱਚ ਦੱਸਿਆ ਜਾਊਗਾ ਕਿ ਤੇਰੀ ਵੈਕਸੀਨੇਸ਼ਨ ਐਸ ਸੈਂਟਰ ਤੇ ਐਨੀ ਤਰੀਕ ਨੂੰ ਐਨੇ ਵਜੇ ਹੋਊਗੀ। ਉਹ ਮੈਸੇਜ ਦੇਖ ਕੇ ਹੀ ਉਹਨੂੰ ਅੰਦਰ ਜਾਣ ਦਿੱਤਾ ਜਾਊਗਾ। ਬਿਲਕੁਲ ਡਾਕਟਰ ਸਾਹਿਬ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ। ਕਰੋਨਾ ਮਹਾਮਾਰੀ ਦੇ ਇਸ ਦੌਰ ਦੇ ਵਿੱਚ ਜਿਹੜੀ ਖੁਸ਼ਖਬਰੀ ਆਈ ਹੈ ਵੈਕਸੀਨ ਦੀ ਉਹਦੇ ਬਾਰੇ ਤੁਸੀਂ ਵਿਸਥਾਰ ਨਾਲ ਗੱਲਾਂ ਕੀਤੀਆਂ। ਤੁਸੀਂ ਬਹੁਤ ਕੁਝ ਸਾਨੂੰ ਦੱਸਿਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਜਿਸ ਤਰ੍ਹਾਂ ਅਸੀਂ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ ਕਿ ਅਸੀਂ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ ਸਮੁੱਚੀ ਭਾਰਤ ਨੂੰ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ ਆਪਣੇ ਕਰੋਨਾ ਵਾਰੀਅਰਸ ਨੂੰ ਤੁਸੀਂ ਵੀ ਕਰੋਨਾ ਵਾਰੀਅਰ ਹੋ ਅੱਜ ਇਸ ਮੰਚ ਤੇ ਬੈਠੇ ਤੁਹਾਨੂੰ ਵੀ ਅਸੀਂ ਸਲਾਮ ਕਰਦੇ ਆ ਥੈਂਕ ਯੂ